வாகேகுரு வாகேகுரு வாகேகுரு. ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਰਾਖੀ ਮੇਰੀ ਜੀ।
ਵੱਡਾ ਸਤਿਗੁਰੂ ਨਾਨਕ ਰਾਖੀ ਮੇਰੀ ਜੀ ਹਲ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
I do, 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 I do,
Murat,
ਸਵਾਦ ਸਵਾਦ ਸੱਚ ਹੈਪੀ ਸਤਨਾਮ ਇੱਕ ਓਂਕਾਰ ਕਰਪਾ ਪੂਰਕ ਸਾਧ ਮੂਰਤ ਪ੍ਰਸਾਦ ਸਾਦ ਸੱਚ ਜੁਗਾਦ ਸੱਚ ਹੈਪੀ ਸਤਨਾਮ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੂਨੀ ਤੈ ਬੰਗੁਰ ਪ੍ਰਸਾਦ ਜਪੁ ਸਾਧ ਸੱਚ ਜੁਗਾਦ ਸੱਚ ਹੈਪੀ ਸਤਨਾਮ ਕੋਟੀ ਸੱਚ ਏਕ ਓਂਕਾਰ ਸਤ ਨਾਮ ਕਰਤਾ ਪੁਰਖ ਕਾਲ ਮੂਰਤ ਗੁਰ ਪ੍ਰਸਾਦ ਸੱਚ ਹੈਪੀ ਸਤਨਾਮ ਸਤਿਗੁਰੁ ਨਾਨਕ ਸਤ ਵੱਡਾ ਸਤਿਗੁਰੁ ਨਾਨਕ ਸਤ ਵੱਡਾ ਸਤਿਗੁਰੁ ਨਾਨਕ ਸਤ ਵੱਡਾ ਸਤਿਗੁਰੁ ਨਾਨਕ ਸਿਰ ਉਪਰ ਤੂੰ ਸੁਆਮੀ ਜਿਸ ਕੇ ਸਿਰ ਉਪਰ ਤੂੰ ਸੁਆਮੀ ਜਿਸ ਕੇ ਸਿਰ ਉਪਰ ਜਿਸ ਕੇ ਸਿਰ ਉਪਰ ਤੂੰ ਸੁਆਮੀ ਜਿਸ ਕੇ ਸ਼ਬਦ ਚ ਬਖਸ਼ਿਸ਼ ਕਰ ਰਹੇ ਨੇ ਇਹ ਵੈਰੂ ਅੰਤਰ ਜਮੀ ਕਾਲ ਪੁਰਖ ਜਿਹਦੇ ਸਿਰ ਤੇ ਤੇਰਾ ਹੱਥ ਹੈ ਜਿਹਦੇ ਸਿਰ ਤੇ ਤੇਰੀ ਬਖਸ਼ਿਸ਼ ਹੈ ਕਿਸੇ ਕਿਸਮ ਦਾ ਦੁੱਖ ਉਹਦੇ ਨੇੜੇ ਨਹੀਂ ਆਉਂਦਾ ਉਹ ਦੁੱਖ ਕਿਵੇਂ ਪਾਵੇ ਦੁੱਖ ਕਿਉਂ ਪਾਵੇ
ਪਾਤਸ਼ਾਹ ਅਗਲੀ ਧੁੱਪ ਚ ਕਹਿੰਦੇ ਨੇ ਜਿਹਨੂੰ ਪਰਮੇਸ਼ਰ ਭੁੱਲ ਗਿਆ ਉਹਨੂੰ ਬੋਲਣਾ ਵੀ ਭੁੱਲ ਜਾਂਦਾ। ਗਰੀਬ ਬੰਦਾ ਕਿਸੇ ਅਮੀਰ ਨੂੰ ਬੁਲਾਵੇਗਾ ਸਰਦਾਰ ਜੀ ਸੇਠ ਜੀ ਕਹਿ ਕੇ ਬੁਲਾਵੇਗਾ, ਪਰ ਜਿਹਦੀ ਮੱਤ ਮਾਇਰ ਮਾਰਤੀ ਹੋਏ ਨੌਕਰ ਨੂੰ ਕਹਿਣਗੇ ਇੱਧਰ ਆ ਰਹੇ ਕਹਾਂ ਜਾ ਰਹੇ ਕਿੱਧਰ ਮਾਰ ਰਿਹਾ ਇੱਧਰ ਆ। ਪਰ ਪਾਤਸ਼ਾਹ ਕਹਿੰਦੇ ਨੇ ਉਹਨੂੰ ਬੋਲਣਾ ਵੀ ਭੁੱਲ ਜਾਂਦਾ। ਮਾਇਆ ਦੇ ਨਸ਼ੇ ਚ ਫਸੇ ਇਨਸਾਨ ਨੂੰ ਬੋਲਣਾ ਭੁੱਲ ਜਾਂਦਾ, ਉਹਨੂੰ ਮੌਤ ਵੀ ਭੁੱਲ ਜਾਂਦੀ ਹੈ। ਜਿਹਨੂੰ ਮੌਤ ਭੁੱਲ ਗਈ ਉਹਨੂੰ ਪਰਮੇਸ਼ਰ ਵੀ ਭੁੱਲ ਜਾਂਦਾ। ਤੂੰ ਸੰਤਾਂ ਕਾ ਸੰਤ ਤੇਰੇ, 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 ਕਾ ਸੰਤ ਤੇਰੇ, ਤੂੰ ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੂੰ ਸੰਤਾਂ ਕਾ ਸੰਤ ਤੇਰੇ, ਸੰਤ ਤੇਰੇ। ਤੇਰੇ ਸੇਵਕ ਕਾ ਉਹ ਕਿਛ ਨਹੀਂ, ਤੇਰੇ ਸੇਵਕ ਕਾ ਉਹ ਕਿਛ ਨਹੀਂ, ਤੂੰ ਸੰਤਾਂ ਕਾ ਸੰਤ ਤੇਰੇ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਨਾਮ ਦੇ ਰੰਗਾਂ ਚ ਰੰਗ ਗਏ ਨੇ, ਉਹਨਾਂ ਦਾ ਜਨਮ ਤੇ ਮਰਨ ਦਾ ਦੁੱਖ ਦੂਰ ਹੋ ਜਾਂਦਾ। ਤੇਰੀ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ। ਕਰੋੜਾਂ ਅਮੀਰ ਬਣਾਏ ਨੇ, ਕਰੋੜਾਂ ਗਰੀਬ ਵੀ ਬਣਾਏ ਨੇ। ਕੋਈ ਅਮੀਰਾਂ ਨੂੰ ਨਹੀਂ ਕਹਿ ਸਕਦਾ ਤੁਹਾਨੂੰ ਕੋਈ ਅਮੀਰ ਕਿਉਂ ਬਣਾ ਦਿੱਤਾ। ਕਰੋੜਾਂ ਦਾਨੀ ਬਣਾਏ ਨੇ, ਕਰੋੜਾਂ ਧਰਮੀ ਪੈਦਾ ਕੀਤੇ ਨੇ, ਕੋਈ ਕਿਸੇ ਨੂੰ ਨਹੀਂ ਕਹਿ ਸਕਦਾ ਕਿਉਂ। ਜਿਸ ਤੂੰ ਦੇਹੇ ਦਿਸੇ ਕਿਆ ਚਾਰਾ, ਜਿਸ ਤੂੰ ਦੇਹੇ ਦਿਸੇ ਕਿਆ ਚਾਰਾ, ਨਾਨਕ ਸੱਚ ਸੁਵਾਰਨ, ਨਾਨਕ ਸੱਚ ਸੁਵਾਰਨ,
ਤੂੰ ਸੰਤਾਂ ਕਾ ਸੰਤ ਤੇਰੇ ਤੂੰ ਸੰਤਾਂ ਕਾ ਸੰਤ ਤੇਰੇ ਸੁਨੀ ਬਨਨ ਦੀ ਠਾਕੁਰ ਆਪਣੇ ਸੁਨੀ ਪੁਨੰਤੀ ਸਰਬ ਕਲਾ ਬਨਿਆਈ ਸਰਬ ਕਲਾ ਬਨ ਪ੍ਰਗਟ ਪਈ ਸਗਲੇ ਜਗ ਅੰਤਰ ਪ੍ਰਗਟ ਪਈ ਸਗਲੇ ਜਗ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਸਤ ਵੱਡਾ ਸਤਿਗੁਰੂ ਨਾਨਕ ਸਤ ਵੱਡਾ ਪਰ ਬੋਲੋ ਸਤ ਵੱਡਾ ਸਤ ਵੱਡਾ ਸਤ ਵੱਡਾ ਸਤ ਵੱਡਾ ਜੋ ਤੇਰੇ ਰੰਗ ਰਾਤ ਪਾਉਂਦੀ ਕਾਇਆ ਰੰਗਣ ਜੇਠੀ ਹੈ ਆਈਏ ਨਾਮ ਰੰਗ ਨੂੰ ਵਾਲਾ ਏ ਰੰਗੈ ਰੰਗ ਨੂੰ ਵਾਲਾ ਏ ਰੰਗੈ ਸਾਹਿਬ ਐਸਾ ਰੰਗ ਨੀਟ ਐਸਾ ਰੰਗ ਜਿਨਕੇ ਝੋਲੇ ਰਤੜੇ ਜਿਨਕੇ ਝੋਲੇ ਰਤੜੇ ਜਿਨਕੇ ਝੋਲੇ ਧੂੜਤ ਨਾ ਕੀਜੇ ਮਿਲੈ ਧੂੜਤ ਨਾ ਕੀਜੇ ਮਿਲੈ ਧੂੜਤ ਨਾ ਕੀਜੇ ਮਿਲੈ ਧੂੜਤ ਨਾ ਕੀਜੇ ਮਿਲੈ ਚੋਲੇ ਰਤਣੇ ਕੰਧ ਤੇ ਨਾ ਕੇ ਪਾਤ ਧੂੜਤ ਨਾ ਕੀਜੇ ਮਿਲੈ ਨਾਨਕ ਕੀ ਅਦਾ ਜਿਨਕਾ ਜਨਮ ਮਰਨ ਦੁੱਖ ਤੇਰੀ ਬਖਸ਼ ਨ ਮੇਟੈ ਕੋਈ ਤੇਰੀ ਬਖਸ਼ ਨ ਮੇਟੈ ਸਤਿਗੁਰੂ ਕਾ ਦੀਦਾਰ ਸਤਿਗੁਰੂ ਕਾ ਤੂੰ ਸੰਤਾਂ ਕਾ ਸੰਤ ਤੂੰ ਸੰਤਾਂ ਕਾ ਸੰਤ ਤੇਰੇ ਤੂੰ ਸੰਤਾਂ ਕਾ ਸੰਤ ਤੇਰੇ ਤੂੰ ਸੰਤਾਂ ਕਾ ਸੰਤ ਤੇਰੇ
ਆਖਾਂ ਜੀਵਾਂ ਸਰ ਪੜੋ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਓ ਵਿਸਰ ਨਾਹੀ ਦਤਾਰ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਭਗਤ ਨਾਮਦੇਵ ਜੀ ਕਹਿੰਦੇ ਜਿਵੇਂ ਅੰਨਾ ਬੰਦਾ ਹੱਥ ਛੱਡੀ ਹੁੰਦੀ ਹੈ ਤੁਰਦਾ ਸੋਟੀ ਦੇ ਸਹਾਰੇ ਜਾਂ ਉਹ ਪਟੜਾ ਜਿਹਦੇ ਤੇ ਭਗਤ ਨਾਮਦੇਵ ਜੀ ਕੱਪੜੇ ਧੋਇਆ ਕਰਦੇ ਸਨ ਕਹਿੰਦੇ ਮੇਰੇ ਪ੍ਰਭੂ ਮੇਰੇ ਵਾਸਤੇ ਤੇਰਾ ਨਾਮ ਇਸ ਤਰ੍ਹਾਂ ਹੈ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਸਾਰੇ ਪੜੋ ਤੇਰਾ ਨਾਮ ਖੁੰਦ ਮੈਂ ਗਰੀਬ ਮੈਂ ਗਰੀਬ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਤੇਰਾ ਨਾਮ ਸਾਰੇ ਪੜੋ ਤੇਰਾ ਨਾਮ ਤੇਰਾ ਨਾਮ ਤੇਰਾ ਨਾਮ ਹੈ ਖੁੰਦਕਾਰਾ ਤੇਰਾ ਨਾਮ ਹੈ ਖੁੰਦਕਾਰਾ ਤੇਰਾ ਨਾਮ ਖੁੰਦਕਾਰਾ ਬਿਨ ਤੁਧ ਹੋਰ ਜੀ ਮੰਗਣਾ ਸਿਰ ਦੁਖਾਂ ਕੇ ਦੁੱਖ ਦਿਓ ਨਾਮ ਧੁਨ ਸੁਖੀਆ ਉਤਰੇ ਮੰਦੀ ਭੁੱਖ ਨਮਤੇ ਆਇਨ ਨਮਤੇ ਆਇਨ ਨਮਤੇ ਆਇਨ ਆਠ ਪਹਿਰ ਆਰਾਤੇ ਆਠ ਪਹਿਰ ਆਰਾਤੇ ਤੇਰੀ ਸ਼ਰਮ ਨਾ ਮੈਨੂੰ ਗਿਆਨ ਦੀਆਂ ਗੱਲਾਂ ਆਉਂਦੀਆਂ ਨਾ ਮੈਨੂੰ ਤੇਰਾ ਧਿਆਨ ਹੀ ਧਰਨਾ ਹੁੰਦਾ ਜਦ ਗਿਆਨ ਹੀ ਨੀ ਮੇਰੇ ਕੋਲ ਧਿਆਨ ਹੀ ਨਹੀਂ ਧਰਨਾ ਹੁੰਦਾ ਫਿਰ ਮੈਂ ਤੇਰੀ ਸਾਰ ਕਿਵੇਂ ਜਾਣ ਸਕਦਾ ਤੇਰਾ ਅੰਤ ਕਿਵੇਂ ਪਾ ਸਕਦਾ ਪਰ ਮੇਰਾ ਹਾਲ ਕਿਉਂ ਹੋਊਗਾ ਕਹਿੰਦਾ ਕੋਈ ਰਾਹ ਨਜ਼ਰ ਨਹੀਂ ਸੀ ਆਉਂਦਾ ਪਰ ਰੱਖ ਲਿਆ ਕਿਹਨੇ ਕਿਉਂ ਤਿਉਂ ਕਰਮ ਨਾ ਜਾਣਾ ਕਿਉਂ ਧਿਆਨ ਕਰਮ ਜਾਣਾ ਤੇ ਜਦ ਗਿਆਨ ਨਹੀਂ ਸੀ ਧਿਆਨ ਨਹੀਂ ਸੀ ਮੇਰੇ ਕੋਲ ਨਾ ਗਿਆਨ ਨਾ ਧਿਆਨ ਮੈਂ ਤੁਰੰਤ ਕਿਵੇਂ ਪਾ ਸਕਦਾ ਸੀ ਸਾਰ ਕਿਵੇਂ ਜਾਣ ਸਕਦਾ ਸੀ ਮੈਂ ਸੋਚਦਾ ਸੀ ਮੇਰਾ ਪਰ ਉਤਾਰਾ ਕਿਵੇਂ ਹੋਵੇਗਾ ਪਰ ਕਹਿੰਦੇ ਮੈਨੂੰ ਗੁਰੂ ਨਾਨਕ ਦੀ ਸ਼ਰਨ ਚ ਜਾਣ ਦਾ ਮੌਕਾ ਮਿਲ ਗਿਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਉਂ ਕਲ ਰਾਖੀ ਦੇ ਜਿਉਂ ਕਲ ਰਾਖੀ ਸਭ ਤੇ ਵੱਡਾ ਸਤਿਗੁਰੂ ਨਾਨਕ ਸਭ ਤੇ ਵੱਡਾ ਸਤਿਗੁਰੂ ਵੱਡਾ ਸਭ
ਸੰਤ ਵੱਡਾ ਤਦਗੁਰ ਨਾਨਕ ਕਰਦੇ 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 ਵੱਡਾ ਕਰਦੇ ਵੱਡਾ ਕਰਦੇ ਵੱਡਾ ਕਰਦੇ ਵੱਡਾ ਕਰਦੇ ਵੱਡਾ ਕਰਦੇ ਵੱਡਾ ਓਂਕਾਰ ਸਤਨਾਮ ਕਰਤਾ ਪੁਰਖ ਨਿਰਵੈਰ ਯੂਨੀ ਤੈਬੰ ਜਪ ਆਦਿ ਸਚ ਹੈਪੀ ਤਜ ਨਾਨਕ ਇੱਕ ਓਂਕਾਰ ਕਰਤਾ ਪੁਰਖ ਨਿਰਵੈਰ ਯੂਨੀ ਤੈਬੰ ਜਪ ਆਦ ਸੱਚ ਕੀ ਸੱਚ ਓਂਕਾਰ ਕਰਤਾ ਪੁਰਖ ਨਿਰਵੈਰ ਯੂਨੀ ਤੈਬੰ ਜਪ ਆਦ ਸੱਚ ਹੈਪੀ ਸੱਚ ਨਾਨ ਖੋਤੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਯੂਨੀ ਤੈਬੰ ਗੁਰ ਪ੍ਰਸਾਦ ਜਪ ਆਦ ਸੱਚ ਗੱਲ ਸੱਚ ਹੈਪੀ ਸੱਚ ਨਾਨ ਖੋਤੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਯੂਨੀ ਤੈਬੰ ਗੁਰ ਪ੍ਰਸਾਦ ਜਪ ਆਦ ਸੱਚ ਗੱਲ ਸੱਚ ਹੈਪੀ ਸੱਚ ਨਾਨ ਖੋਤੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਯੂਨੀ ਤੈਬੰ ਗੁਰ ਪ੍ਰਸਾਦ ਜਪ ਆਦ ਸੱਚ ਗੱਲ ਸੱਚ ਹੈਪੀ ਸੱਚ ਨਾਨ ਖੋਤੀ ਪੀ ਸੱਚ ਸੰਤ ਵੱਡਾ ਸਤਿਗੁਰ ਨਾਨਕ ਸੰਤ ਵੱਡਾ ਪਾਣੀ ਟੁੱਟਣ ਦੇਣਾ ਸਾਰੇ ਜਾਪ ਕਰੋ ਫਿਰ ਮਨ ਟਿਕੂਗਾ ਸੰਤ ਵੱਡਾ ਸਤਿਗੁਰ ਵਾਹਿਗੁਰੂ 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 ਜਪਦੀ ਸੋਚ
ਬੰਦੇ ਦੀ ਜ਼ਿੰਦਗੀ ਨਿਕਲ ਜਾਂਦੀ ਹੈ ਜਿਹੜੇ ਕੰਮ ਲਈ ਜਨਮ ਲਿਆ ਸਾਰੀ ਜ਼ਿੰਦਗੀ ਦਾ ਖਿਆਲ ਨਹੀਂ ਜਾਂਦਾ ਇੱਥੇ ਆ ਕੇ ਦੁਨੀਆ ਦੀ ਮੋਹ ਮਮਤਾ ਮਾਇਆ ਦੇ ਵਿੱਚ ਇੰਨਾ ਫਸ ਜਾਂਦਾ ਹੈ ਇੱਕ ਮੱਕੜੀ ਜਾਲਾ ਤਿਆਰ ਕਰਦੀ ਹੈ ਜਾਲਾ ਤਿਆਰ ਕਰਦੇ ਕਰਦੇ ਨਾ ਇੰਨੀ ਮਸਤ ਹੋ ਜਾਂਦੀ ਹੈ ਮੱਕੜੀ ਨਾ ਉਸ ਜਾਲੇ ਦੇ ਵਿੱਚੋਂ ਨਿਕਲਣ ਦਾ ਕੋਈ ਰਾਹ ਹੀ ਨਹੀਂ ਰੱਖਦੀ ਇੱਕ ਵਾਰੀ ਕਹਿ ਦੇ ਵਾਹਿਗੁਰੂ ਉਹ ਜਦੋਂ ਨਿਕਲ ਆਪਣੇ ਹੱਥੀ ਬੁਣੇ ਜਾਲੇ ਦੇ ਵਿੱਚ ਉਹਦੀ ਮੱਕੜੀ ਰਾਹ ਨਹੀਂ ਰੱਖਦੀ ਜਾਲਾ ਉਹਦੇ ਵਿੱਚ ਕੋਈ ਮਾਫ਼ ਕਰਨਾ ਗੁਰੂ ਕੀ ਸਿੰਘ ਤੋਂ ਰਾਹ ਨਹੀਂ ਰੱਖਦੀ ਫਿਰ ਆਪਣੇ ਕੋਲੋਂ ਨਹੀਂ ਨਿਕਲਿਆ ਜਾਂਦਾ ਉਹਦੇ ਵਿੱਚੇ ਮਰ ਜਾਂਦੀ ਹੈ ਇਸ ਤਰ੍ਹਾਂ ਬੰਦਾ ਨਾ ਸੰਸਾਰ ਦੇ ਵਿੱਚ ਆ ਕੇ ਨਾ ਆਇਆ ਤੇ ਨਾਮ ਜਪਣ ਵਾਸਤੇ ਹੀ ਆਪਣਾ ਹੀ ਸੰਸਾਰ ਬਣਾ ਲੈਂਦਾ ਪੁੱਤਰ ਕਲਤਰ ਗ੍ਰਿਸਤ ਕਾ ਫਾਸਾ ਪੁੱਤਰ ਕਲਤਰ ਗ੍ਰਿਸਤ ਕਾ ਫਾਸਾ ਪਾਈਏ ਰਾਮ ਕੇ ਦਾਤਾ ਹੁਣ ਨਾ ਪਾਈਏ ਰਾਮ ਕੇ ਦਾਤਾ ਹੁਣ ਨਾ ਪਾਈਏ ਹੁਣ ਨਾ ਪਾਈਏ ਰਾਮ ਕੇ ਦਾਤਾ ਹੁਣ ਨਾ ਪਾਈਏ ਰਾਮ ਕੇ ਦਾਤਾ ਹੁਣ ਨਾ ਪਾਈਏ ਰਾਮ ਕੇ ਕਬੀਰ ਜੀ ਨੂੰ ਕਹਿ ਰਹੇ ਨਾ ਉਹ ਕੱਲ ਕਰਨਾ ਜਿਹਨੂੰ ਉਹਨੂੰ ਹੁਣੇ ਕਰ ਜਿਹਨੂੰ ਹੁਣੇ ਕਰਨਾ ਇਤਕਾਲ ਜਿਹਨੂੰ ਕਹਿੰਦੇ ਨੇ ਜਦੇ ਹੀ ਉਸੇ ਵਕਤ ਹੀ ਕਾਲ ਕਰੰਤਾ ਅਵੇ ਕਰ ਅਵੇ ਕਰੰਤਾ ਤੂੰ ਇਤਕਾਲ ਕਹਿੰਦੇ ਹੁਣੇ ਹੀ ਖਿਣ ਮਾਤਰ ਜੀ ਕਰਨਾ ਪਰ ਕਹਿੰਦੇ ਪਿੱਛੋਂ ਕੀ ਹੋਣਾ ਜ਼ਿੰਦਗੀ ਨਿਕਲ ਗਈ ਜੀ ਮੇਰੀ ਮੇਰੀ ਕਰਤੇ ਜਨਮ ਗਇਓ ਮੇਰੀ ਮੇਰੀ ਕਰਤੇ ਜਨਮ ਗਇਓ ਮੇਰੀ ਮੇਰੀ ਇਹਦੀ ਜ਼ਿੰਦਗੀ ਦਾ ਨਕਸ਼ਾ ਖਿੱਚ ਰਹੇ ਨੇ ਵੀ ਤੇਰੀ ਜ਼ਿੰਦਗੀ ਕਿਵੇਂ ਗੁਜ਼ਰ ਗਈ ਮੇਰਾ ਪਰਿਵਾਰ ਮੇਰੀ ਪ੍ਰੋਪਰਟੀ ਮੇਰੀ ਜਾਇਦਾਦ ਦਿਨ ਰਾਤ ਦੀ ਦੌੜ ਮਾਇਆ ਪਿੱਛੇ ਜਿਹੜੀ ਰੱਬ ਪਿੱਛੇ ਲੱਗਣੀ ਸੀ ਮਾਇਆ ਪਿੱਛੇ ਲੱਗ ਗਈ ਬਾਰਾਂ ਬਰਸ ਬਾਲਪਨ ਬੀਤੇ ਬਾਰਾਂ ਬਰਸ ਬਾਲਪਨ ਬੀਤੇ ਬਾਰਾਂ ਬਰਸ ਬਾਰਾਂ ਸਾਲ ਦੀ ਉਮਰ ਬਚਪਨ ਚ ਗੁਜ਼ਰ ਗਈ ਗਿਆਨ ਨਹੀਂ ਬਾਰਾਂ ਬਰਸ ਬਾਲਪਨ ਬੀਤੇ ਬਾਰਾਂ ਬਰਸ ਬਾਲਪਨ ਬੀਤੇ ਬੀਸ ਬਰਸ ਕਿਸ ਤਪ ਨਾ ਕੀਓ ਮੇਰੀ ਮੇਰੀ ਕਰਤੇ ਉਹ ਮੇਰੀ ਮੇਰੀ ਕਰਤੇ ਵੀਹ ਸਾਲ ਦੀ ਉਮਰ ਤੋਂ ਕੋਈ ਤਪ ਨਹੀਂ ਕੀਤਾ ਕੋਈ ਭਜਨ ਨਹੀਂ ਕੀਤਾ ਤੀਸ ਬਰਸ ਕਿਸ ਦੇਵ ਨ ਪੂਜਾ ਤੀਸ ਬਰਸ ਕਿਸ ਤੀਸ ਬਰਸ ਕਿਸ ਦੇਵ ਨ ਪੂਜਾ ਤੀਸ ਬਰਸ ਕਿਸ ਦੇਵ ਨ ਪੂਜਾ
साल की उम्र तक इस्लामी मत वाले पीर कह देंगे ने असि गुरु कह दें 30 साल की उम्र तक कहते कोई गुरु चरणों च आके सेवा नहीं की गुर जैसा नाही को देव जिस मस्तक भाग सो लागा सेव 30 साल की उम्र इवें निकल गई 30 साल निकल के हुण वापस ते आने नहीं परस केश देव न पूजा अब पछताना विरत पयो हुण पछताना शुरू करता भी अगे तां बुढ़ापा ही तुरिया हुंदा है नौवें सतगुरु गुरु तेग बहादुर बारे कृपा कर रहे ने जो उपजो सो बिनस है पर आज के हर कहते जो पैदा होया उदा नाश हो जाना अज हो जाए तां कल हो जाए तां ए समझ बैठा कि मैं सदियां तक रहना है बाणी दे विच सालां तक दी गल नहीं कीती सारे पढ़ो जी नानक दुनिया चार दिहाड़े नानक दुनिया चार दिहाड़े सारी जिंदगी निकल गई मैं सुखी हो जाऊंगा आ करना मैं सुखी हो जाऊंगा मेरे बच्चे डॉक्टर इंजीनियर बन जाएंगे मैं सुखी हो जाऊंगा मैं वड्डे तो वड्डे बिजनेस शुरू कर लांगा मैं सुखी हो जाऊंगा मैं आ काम कर लांगा मैं सुखी हो जाऊंगा काम सुख दा सुखां वास्ते कीते पर पैदा दुख हो गया नानक दुनिया चार दिहाड़े प्लीज सारे पढ़िया करो नानक दुनिया चार दिहाड़े सुख करे ਜੇ ਕਿਸੇ ਨੂੰ ਕਹੀਏ ਨਾਮ ਜਪੋ ਜੀ ਛੱਡੋ ਪਰਾਂ ਜੀ ਇਹ ਖਾਓ ਪੀਓ ਕਰੋ ਨਾਂਦੇ ਜਗ ਅਗਲਾ ਤੇ ਇਹ ਜਗ ਮਿੱਠਾ ਤੇ ਅਗਲਾ ਕੰਡਿੱਠਾ ਪਤਾ ਤਾਂ ਉਦੋਂ ਲੱਗਣਾ ਜੋ ਧਰਮ ਰਾਜ ਦੀ ਨਾ ਹਿਸਾਬ ਕਿਤਾਬ ਵਾਲੀ ਲੈਣ ਦੇ ਵਿੱਚ ਨਾ ਖੜਨਾ ਪਿਆ ਪਤਾ ਤਾਂ ਉਦੋਂ ਲੱਗਣਾ ਕੰਨਾਂ ਵਾਲੇ ਹੈਣ ਕਨੇਰੇ ਕਨੇਰੇ ਕਹਿੰਦੇ ਬਹੁਤੇ ਕੰਨਾਂ ਵਾਲੇ ਹੈਣ ਕਨੇਰੇ ਛੱਡ ਨਾ ਸਕੇ ਕੋਈ ਛੱਡ ਨਾ ਸਕੇ ਕੋਈ ਪਰ ਕਹਿੰਦੇ ਇੰਨਾ ਵੱਧ ਗਿਆ ਇਹਨੂੰ ਇੱਥੋਂ ਜਾਣੇ ਭੁੱਲ ਗਿਆ ਇੱਕ ਵਾਰੀ ਕਹਿ ਦਿਓ ਵਹਿਰੂ ਪੁੱਤਰ ਕਲਤਰ ਲਕਸ਼ਮੀ ਮਾਇਆ ਇਨ ਤੇ ਕਹੋ ਕਮਨ ਸੁਖ ਪਾਇ ਕਹਿੰਦੇ ਕਿਸੇ ਇੱਕ ਦੀ ਮਿਸਾਲ ਦਿਓ ਪੁੱਤਰਾਂ ਤੋਂ ਔਰਤ ਤੋਂ ਪੈਸੇ ਤੋਂ ਇਹਨਾਂ ਸਾਰੀਆਂ ਚੀਜ਼ਾਂ ਚ ਕਿੰਨੇ ਸੁੱਖ ਪਾਇਆ ਕਹਿੰਦੇ ਦੱਸੋ ਕਿਸੇ ਨੂੰ ਪੁੱਛ ਕੇ ਵੇਖੋ ਤੂੰ ਕਿੰਨਾ ਕੁ ਦੁੱਖ ਸੁਖੀ ਆ ਕਹਿੰਦੇ ਬੜਿਆਂ ਨੂੰ ਮੈਂ ਪੁੱਛ ਪੁੱਛ ਕੇ ਦੇਖਿਆ ਆਪਣਾ ਰੋਣਾ ਬੜਿਆਂ ਦੇ ਅੱਗੇ ਰੱਖਿਆ ਜਦੋਂ ਮੈਂ ਆਪਣੇ ਰੋਣੇ ਦੀ ਗੱਲ ਕੀਤੀ ਤੇ ਅਗਲੇ ਜਿਹਦੇ ਅੱਗੇ ਰੋਣੇ ਦੀ ਗੱਲ ਕੀਤੀ ਉਹਨੇ ਆਪਣੇ ਰੋਣੇ ਮੇਰੇ ਅੱਗੇ ਰੱਖ ਦਿੱਤੇ ਭਰਾਵਾ ਤੂੰ ਕੀ ਕਹਿ ਰਿਹਾ Thank you.
ਮਨ ਪਰਦੇਸੀ ਜੇਥੀਏ ਮਨ ਪਰਦੇਸੀ ਜੇਥੀਏ ਸਭ ਦੇਸ ਪੁਰਾਇਆ ਝਾਤੀ ਮਾਰ ਕੇ ਵੇਖ ਮਨਾ ਪਰਦੇਸੀਆ ਇਹ ਸਾਰੀ ਦੁਨੀਆ ਪਰਾਈ ਹੁੰਦੀ ਜਾਂਦੀ ਆ ਜਿਹੜੇ ਮਰ ਮਰ ਕੇ ਤੁਰ ਗਏ ਉਹਨਾਂ ਵਾਲੀ ਪਰਾਈ ਹੋ ਗਈ ਪਰ ਕੀ ਕਹਿੰਦੇ ਮੈਂ ਦੁੱਖਾਂ ਦੀ ਗੰਢ ਬੜਿਆ ਕੇ ਖੋਲਣ ਦੀ ਕੋਸ਼ਿਸ਼ ਕੀਤੀ ਅੱਗੂ ਅਗਲਾ ਹੀ ਰੋਣ ਲੱਗ ਪਿਆ ਦੁੱਖ ਸੁਣਨ ਵਾਲਾ ਹੀ ਕਿਸਮਾ ਖੋਲਾਂ ਗਾਠੜੀ ਕਿਸਮਾ ਖੋਲਾਂ ਸਾਰੇ ਪੜੋ ਸਭ ਦੁਖੀ ਪਰਾਇਆ ਸਭ ਦੁਖੀ ਪਰਾਇਆ ਸਭ ਦੁਖੀ ਪਰਾਇਆ ਜੋ ਉਪਜੋ ਸੋ ਬਿਨਸ ਹੈ ਕਮਾਲ ਕਰਤੀ ਬਾਣੀ ਜਾਣ ਕਰਨ ਵਾਲੀ ਸਤਿਗੁਰੂ ਪਾਤਸ਼ਾਹ ਨੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨ ਕੋਏ ਓ ਨਾਨਕ ਮਾਫ ਕਰਨਾ ਬਿਨਸ ਹੈ ਮਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਨੈ ਛੱਡ ਸਗਲ ਜੰਜਾਲ ਇਹ ਮਨ ਪਿਆਰਿਆ ਕਦੇ ਖਿਆਲ ਆਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਸੱਚ ਕੀ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕੋ ਸਿਮਰੋ ਨਾਨਕਾ ਜੋ ਜਲ ਤਲ ਰਿਹਾ ਸਮਾਏ ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੀ ਦੇਖਦਾ ਚੱਲੇ ਨਹੀਂ ਤੇਰੇ ਤੇਰੇ ਚੱਲੇ ਨਹੀਂ ਇਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿੱਤ ਅੰਤ ਪੱਛੋਂ ਜੇ ਤੇਰੇ ਨਾਲ ਨਹੀਂ ਜਾਣਾ ਫਿਰ ਤੂੰ ਪਛਤਾਉਣਾ ਪਊਗਾ ਨਾਲ ਜਾਣ ਵਾਲੀ ਕਿਹੜੀ ਵਸਤੂ ਹੈ ਸਤਿਗੁਰੂ ਕਾ ਉਪਦੇਸ਼ ਸੁਣ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿਣ ਕੋ ਮਨ ਮੇਰੇ ਤੂੰ ਸਦਾ ਸੱਚ ਸੰਭਾਲੇ ਸੁੱਚ ਪੈਰੀਏ ਜਿੰਦੇ ਤੂੰ ਪੂਨਮ ਨਹੀਂ ਜਪਦੀ ਰਾਮ ਨਾਮ ਜਪਦੀ ਪਰਮੇਸ਼ਰ ਕਹਿੰਦਾ ਮੈਂ ਤੇਰਾ ਸਾਰਾ ਪ੍ਰਬੰਧ ਕਰਕੇ ਤੈਨੂੰ ਮਾਤ ਲੋਕ ਤੇ ਭੇਜਿਆ ਇੱਕ ਵਾਰੀ ਕਹਿ ਦੇ ਪੈਰ ਜਿਵੇਂ ਅਸੀਂ ਇੰਡੀਆ ਜਾਂਦੇ ਹਾਂ ਪਹਿਲਾਂ ਟਿਕਟ ਬੁੱਕ ਕਰਾਉਂਦੇ ਹਾਂ ਰਸਤੇ ਦਾ ਕਿਰਾਇਆ ਭਾੜਾ ਵੀ ਪੱਲੇ ਬੰਨਦੇ ਹਾਂ ਉੱਥੇ ਜਾ ਕੇ ਆਹ ਸ਼ੋਪਿੰਗ ਕਰਾਂਗੇ ਆਹ ਖਰਚ ਕਰਾਂਗੇ ਸਭ ਕੁਝ ਲੈ ਕੇ ਫਿਰ ਜਾਂਦੇ ਹਾਂ ਅਸੀਂ ਇਵੇਂ ਪਰਮੇਸ਼ੁਰ ਕਹਿੰਦਾ ਤੇਰੀ ਰੋਜੀ ਰੋਟੀ ਸਾਰਾ ਪ੍ਰਬੰਧ ਮੈਂ ਨਾ ਕਰਕੇ ਭੇਜਿਆ ਤੇਰੇ ਮੱਥੇ ਦੇ ਉੱਤੇ ਲੈ ਕੇ ਭੇਜਿਆ ਵੀ ਜਾਂ ਤੈਨੂੰ ਇਹ ਮਿਲੂਗੀ ਮਿਲੂਗੀ ਇੱਕ ਵਾਰੀ ਕਹਿ ਦਿਓ ਪਰ ਇੱਥੇ ਆ ਕੇ
ਰਹਿਣਾ ਤੇ ਇਹਨੇ ਦਾਸ ਸੀ ਪਰ ਇਹ ਦਾਤਾ ਬਣ ਗਿਆ। ਸਭ ਦਾਤਾ ਬਣ ਗਿਆ ਵੀ ਜੇ ਮੈਂ ਕੰਮ ਨਾ ਕੀਤਾ ਤਾਂ ਮੇਰੇ ਕੰਮ ਕਿੱਦਾਂ ਚੱਲਣਗੇ। ਮਰਦਾਨੇ ਦੇ ਮਨ ਸ਼ੰਕਾ ਪੈਦਾ ਹੋਇਆ। ਆਂਦਾ ਬਾਬਾ ਜੀ ਜਿੱਥੇ ਜਾਂਦੇ ਹੋ ਇੱਕੋ ਕੰਮ ਨਾਮ ਜਪੋ, ਭਜਨ ਕਰੋ, ਸੇਵਾ ਕਰੋ। ਜੇ ਸਾਰੀ ਦੁਨੀਆ ਹੀ ਨਾਮ ਜਪਣ ਲੱਗ ਗਈ ਤਾਂ ਕੰਮ ਕਿਵੇਂ ਚੱਲੇਗਾ? ਮਰਗ ਮਰਦਾਨੇ ਆ, ਨਾਮ ਤਾਂ ਲੋਕਾਂ ਨੇ ਜਪਿਆ ਹੀ ਨਹੀਂ। ਇੱਕ ਵਾਰੀ ਕਦੋਂ ਕਹਿ ਦੇ ਵੈਰ ਖਾਈ ਜੋ, ਜਿੰਨਾ ਮਰਜ਼ੀ ਮੁੱਕ ਜਾਊਗਾ, ਕਿੱਥੋਂ ਮੁੱਕ ਜਾਊਗਾ? ਆਖਿਆ ਮਰਦਾਨਿਆ, ਤੂੰ ਕਹਿੰਦਾ ਨਾਮ ਜਪਣ ਲੱਗ ਜੇ ਸਗਲੀ ਧਰਤੀ ਸੱਕਰ ਹੋਵੇ। ਮਾਫ਼ ਕਰਨਾ, ਸਾਰੀ ਧਰਤੀ ਸੱਕਰ ਅਤੇ ਖੰਡ ਦੀ ਬਣ ਜਾ ਅਤੇ ਬਾਬਾ ਜੀ ਕੀ ਕਹਿੰਦੇ? ਖੁਸ਼ੀ ਕਰੇ ਸਦੀ ਜੀ। ਮਾਫ਼ ਕਰਨਾ, ਨਦੀਆਂ ਹੋਵੇ ਧੇਨਵਾਂ, ਨਦੀਆਂ ਦੁੱਧ ਦੀਆਂ ਭਰ ਕੇ, ਘਿਓ ਦੀਆਂ ਭਰ ਭਰ ਕੇ ਨਾ, ਸਮੁੰਦਰ ਦਰਿਆ ਸਾਰੇ ਦੁੱਧ ਘਿਓ ਦੇ ਬਣ ਭਰ ਭਰ ਕੇ ਨਾ ਇਹ ਵਗਣੇ ਸ਼ੁਰੂ ਹੋ ਜਾਣੇ, ਜੇ ਸਾਰੀ ਦੁਨੀਆ ਹੀ ਪਰਮੇਸ਼ੁਰ ਦਾ ਨਾਮ ਜਪਣ ਲੱਗ ਜੇ। ਮਰਦਾਨਾ ਕਹਿੰਦਾ ਕਿਵੇਂ ਹੋ ਸਕਦਾ? ਕਹਿੰਦਾ ਕਿਤੇ ਦੱਸਾਂਗੇ। ਕਰਤਾਰਪੁਰ ਕਰਤਾ ਬਸੇ ਤਿੰਨ ਸੰਤਨ ਕੇ ਪਾਸ। ਇਸ ਇਲਾਕੇ ਜਦੋਂ ਗੁਰੂ ਬਾਬਾ ਜੀ ਪੁੱਜੇ ਨੇ, ਬੰਦਾ ਤਾਂ ਸੋਚਦਾ ਮੇਰੇ ਕਰਕੇ ਕੰਮ ਚੱਲਦੇ ਨੇ। ਇੱਕ ਵਾਰੀ ਕਹਿ ਦੇ ਵੈਰੂ, ਇਹੀ ਤਾਂ ਉਹ ਤੇਰੇ ਕਰਕੇ ਤਾਂ ਤੇਰੇ ਸਾਹਿਬ ਨਹੀਂ ਚੱਲਦੇ। ਇੱਕ ਵਾਰੀ ਕਹਿ ਦੇ ਵੈਰੂ, ਹਾਂਜੀ, ਤੇਰੇ ਕਰਕੇ ਤਾਂ ਤੇਰੇ ਸਾਹਿਬ ਨਹੀਂ ਚੱਲਦੇ। ਤੂੰ ਕਹਿੰਦਾ ਮੇਰੇ ਕਰਕੇ ਕੰਮ ਚੱਲਦੇ ਨੇ, ਅਤੇ ਜਦ ਤੇਰੇ ਸਾਹ ਨਿਕਲ ਗਏ ਤਾਂ ਤੈਨੂੰ ਪਹਿਚਾਣਨਾ ਮੈਨੀ। ਅਤੇ ਮੁੱਕਦੀ ਗੱਲ ਕੀ ਕਰੂ ਕਿ ਸੰਗਤ, ਬਾਬਾ ਜੀ ਭਾਈ ਦੋਧੇ ਦੇ ਨਗਰ ਤੋਂ ਪੁੱਜੇ। ਘਰ ਵਾਲੀ ਬੜੀ ਗੁਰਮੁਖਿਆ ਲਾਉਂਦੀ ਸੀ, ਉੱਥੇ ਤਾਂ ਕਰਮੀ ਆਪੋ ਆਪਣੀ, ਹਾਂਜੀ, ਕਹਿ ਨੜਕ ਕੇ ਉੱਥੇ ਤਾਂ ਜਿਹੋ ਜਿਹੇ ਕਰਮ ਕਰਨੇ ਨੇ ਉਹੋ ਜਿਹਾ ਹਿਸਾਬ ਕਿਤਾਬ ਹੋਣਾ। ਉਹ ਵਿਚਾਰੀ ਇੰਨੀ, ਜਿੱਥੇ ਕਿਸੇ ਕਿਸੇ 'ਤੇ ਕਿਰਪਾ ਹੁੰਦੀ ਹੈ, ਜਦੋਂ ਪਤਾ ਲੱਗਣਾ ਜੇ ਕੋਈ ਸਤਪੁਰਸ਼ ਆਇਆ, ਕੋਈ ਨਾਮ ਜਪਣ ਵਾਲਾ ਆਇਆ, ਕੋਈ ਭਜਨ ਵਾਲਾ ਕਰਨ ਵਾਲਾ ਆਇਆ, ਕੋਈ ਰੱਬ ਦਾ ਬੰਦਾ ਆਇਆ। ਅੱਜ ਕੱਲ੍ਹ ਤਾਂ ਆਪਾਂ ਲਾਕੀ ਬੰਨਿਆ ਸੰਤਾਂ ਦੀ ਨਿੰਦਾ ਤਾਂ, ਜੇ ਵੇਖੀਏ ਆਦਿ ਗੁਰੂ ਨਾਨਕ ਨੇ ਕਿੱਥੇ ਗਿਆ ਬਾਬਾ, ਆਦਿ ਗੁਰੂ ਨਾਨਕ ਨੇ ਜੇ 20 ਦਾ ਲੰਗਰ ਖਵਾਇਆ ਅਤੇ ਭੁੱਖੇ ਸਾਧੂਆਂ ਨੂੰ ਖਵਾਇਆ, ਤੁਹਾਡੇ ਕੀ ਹਾਲ? ਉਦੋਂ ਗਰੀਬ ਨਹੀਂ ਹੋਣਗੇ? ਉਦੋਂ ਬੜੇ ਗਰੀਬ ਹੋਣਗੇ। ਪਰ ਬਾਬੇ ਨਾਨਕ ਨੂੰ ਪਤਾ ਸੀ ਕਿ ਜੇ ਨਾਮ ਜਪਣ ਵਾਲੇ ਨਾ ਰਹੇ ਤਾਂ ਸੰਸਾਰ ਦੇ ਵਿੱਚ ਨਾਮ ਦੀ ਗੱਲ ਕੌਣ ਕਰੇਗਾ? ਪਰ ਮੁੱਕਦੀ ਗੱਲ ਕੀ ਦੁੱਧ ਦੇ ਘਰ ਵਾਲੀ ਦਾ ਆਉਣਾ ਅਤੇ ਦੁੱਧ ਦੀ ਕਾੜਨੀ ਚੱਕਣੀ। ਕਾੜਨੀ ਪਿੰਡਾਂ ਦੇ ਵਿੱਚ ਦੁੱਧ ਪਾਉਂਦੇ ਨੇ, ਕੱਚੇ ਮਿੱਟੀ ਦਾ ਭਾਂਡਾ, ਉਹਨੂੰ ਕਾੜਨੀ ਬੋਲ ਦਿੰਦੇ ਆ। ਚੱਕਣੀ, ਪਤਾ ਲੱਗਾ ਵੀ ਸਤਪੁਰਸ਼ ਆਏ ਨੇ ਕੋਈ। ਦੋਧਾ ਬੜਾ ਦੁਖੀ ਸੀ, ਬਈ ਮੈਂ ਮਰ ਜਾਂਦਾ ਕੰਮ ਕਰ ਕਰਕੇ। ਘਰ ਵਾਲੀ ਹਰ ਸਮੇਂ ਕੋਈ ਸੰਤ ਮਹਾਤਮਾ ਆਉਂਦਾ, ਉਹ ਲੁਟਾਈ ਜਾਂਦੀ। ਖੈਰ ਇਹਨੇ ਚੱਕੀ ਦੁੱਧ ਦੀ ਕਾੜਨੀ ਅਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਪੁੱਜੇ। ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਪੁੱਜੇ ਕਿ ਦੁੱਧ ਦੀ ਕਾੜਨੀ ਰੱਖ ਕੇ ਅਤੇ ਮੱਥਾ ਟੇਕਿਆ। ਮਾਰ ਬੜੀ ਕਿਰਪਾ ਕੀਤੀ, ਚਰਨ ਪਾਏ, ਦਰਸ਼ਨ ਹੋ ਗਏ ਆਪਦੇ, ਦਰਸ਼ਨ ਕੀ ਹੋ ਗਏ, ਜਨਮ ਸਫਲਾ ਹੋ ਗਿਆ। ਉਦੋਂ ਦੁੱਧ ਨੂੰ ਲੱਗਾ ਪਤਾ, ਦੁੱਧ ਆਇਆ ਘਰ। ਇਹੋ ਜਿਹੇ ਸਮੇਂ 'ਚ ਲੋਕ ਜਾਣਦੇ ਹੀ ਆਪਾਂ ਸਾਰੇ ਹੀ, ਉਹ ਲੋਕ ਆਂਢੀਆਂ ਗੁਆਂਢੀ ਨੂੰ ਪੁੱਛਦਾ, ਪੜੋਸੀਆਂ ਨੂੰ ਪੁੱਛਦਾ ਵੀ ਮੇਰੇ ਘਰ ਵਾਲੀ ਨਾ ਤੇਰੇ ਘਰ ਵਾਲੀ ਦਾ ਕੀ, ਉਹ ਸੰਤ ਆਏ ਉੱਥੇ ਗਈ ਆ। ਆ ਕਿੰਨੀਆਂ ਬੀਬੀਆਂ ਇੱਥੇ ਸੱਚ ਨੂੰ ਫਤਵੇ ਲੱਗਦੇ ਨੇ। ਇੱਕ ਵਾਰੀ ਫਿਰ ਕਹਿ ਦੇ ਬਾਹਰ ਕਿੰਨੀਆਂ ਬੀਬੀਆਂ ਸ਼ਰਾਬ ਵੀ ਪੀਂਦੀਆਂ ਇਹਨਾਂ ਕੰਟਰੀਆਂ 'ਚ, ਪੱਬਾਂ ਕਲੱਬਾਂ 'ਚ ਵੀ ਜਾਂਦੀਆਂ ਨੇ, ਕੋਈ ਫਤਵਾ ਨਹੀਂ। ਜਿਹੜੀਆਂ ਬੀਬੀਆਂ ਗੁਰੂ ਘਰ ਦੀ ਸੇਵਾ ਕਰਨਗੀਆਂ ਜਾਂ ਆਪਣੇ ਆਪਣੇ ਧਰਮ ਦਾ, ਕੋਈ ਮੰਦਰ ਜਾਂਦੀ, ਕੋਈ ਮਸਜਿਦ ਜਾਂਦੀ, ਕਿਤੇ ਜਾਣਗੇ, ਉਹ ਤਾਂ ਜੀ ਗੁਰਦੁਆਰੇ ਤੁਰੀ ਰਹਿੰਦੀ ਆ। ਇੱਕ ਵਾਰੀ ਕਹਿ ਦੋ ਬਾਬੂ ਜੀ, ਛੱਡੋ ਫਰਾਂ ਜੀ, ਉਹਦੀ ਕਿਹੜੀ ਫਲਾਣੇ ਦੀ ਔਰਤ ਦੀ ਗੱਲ, ਉਹ ਤਾਂ ਗੁਰਦੁਆਰੇ ਬੜੀ ਰਹਿੰਦੀ ਅੱਠੋ ਪੈਰ। ਇੱਥੇ ਸੱਚ ਨੂੰ ਸਜਾਵਾਂ ਮਿਲੀਆਂ ਨੇ। ਉਹ ਮੁੱਕਦੀ ਗੱਲ ਕੀ, ਦੋਧੇ ਨੂੰ ਪਤਾ ਲੱਗਾ, ਉਹਨੇ ਚੱਕੀ ਲਾਠੀ। ਅੱਗੇ ਝਾੜੀਆਂ ਬਹੁਤੀਆਂ ਹੁੰਦੀਆਂ ਸਾਹਮਣੇ, ਫੋਰੈਸਟ ਵਗੈਰਾ, ਜੰਗਲ ਵਗੈਰਾ ਜ਼ਿਆਦਾ ਹੁੰਦੇ ਸਨ। ਅਤੇ ਉਹ ਜਾ ਕੇ ਨਾ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਨੇ, ਅਤੇ ਉੱਥੇ ਝਾੜੀ 'ਚ ਲੁੱਕ ਕੇ ਬੈਠ ਗਿਆ। ਇੱਕ ਵਾਰੀ ਕਹਿ ਦੇ ਵੈਰ, ਜਦੋਂ ਉਹ ਝਾੜੀ 'ਚ ਲੁੱਕ ਕੇ ਬਹਿ ਗਿਆ ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸੀ ਨਾਮ ਜਪਣਾ, ਵੰਡ ਛਕਣਾ, ਧਰਮ ਦੀ ਕਿਰਤ ਕਰਨੀ। ਕਹਿੰਦੇ ਮਰਦਾਨਿਆਂ, ਇਸ ਦੁੱਧ ਨੂੰ 5 ਹਿੱਸਿਆਂ 'ਚ ਕਰਦੇ ਆ। ਮਰਦਾਨਾ ਆਉਂਦਾ, ਮਹਾਰਾਜ ਆਪਾਂ 3 ਜਣੇ ਆਪਾਂ ਵਾ, ਚੌਥੀ ਆ ਬੀਬੀ ਆ, 5ਵਾਂ ਕੌਣ? ਕਹਿੰਦਾ ਉਹ ਝਾੜੀ 'ਚ ਲੁੱਕ ਕੇ ਬੈਠਾ। ਉਹਨੂੰ ਆਵਾਜ਼ ਮਾਰਦੇ ਆ, ਇਹੋ ਜਿਹਾ ਦਾ ਭਲਾ ਬਾਬੇ ਨਾਨਕ ਨੇ ਕੀਤਾ। ਇੱਕ ਵਾਰੀ ਕਹਿ ਦੇ ਵੈਰ, ਭਲਾ ਤਾਂ ਤੁਹਾਡਾ ਹੋ ਹੀ ਜਾਣਾ ਜੇ ਤੁਸੀਂ ਨਾਨਕ ਹੀ ਕਹਿ ਦਿੱਤਾ, ਮੰਗ ਰਹਿ ਕੀ ਗਿਆ? ਕਹਿ ਦੇ ਵੈਰ, ਇੱਕ ਵਾਰੀ ਫਿਰ ਕਹਿ ਦੇ ਵੈਰ, 36 ਯੁੱਗ ਤਪੱਸਿਆ ਕਰਕੇ ਬਾਬੇ ਨਾਨਕ ਨੇ ਗੁਰਮੰਤਰ ਜਾਪ ਤਿਆਰ ਕੀਤਾ।
ਨੌ ਯੁੱਗ ਵਾਹ ਵਾਹ ਕਰਦੇ ਰਹੇ, ਨੌ ਯੁੱਗ ਹੇ, ਨੌ ਯੁੱਗ ਗੂ, ਨੌ ਯੁੱਗ ਰੂਹ। ਇੱਕ ਵਾਰੀ ਕਹਿਣ ਦਾ ਫਲ ਨਾ ਛੱਤੀਆਂ ਯੁੱਗਾਂ ਦਾ ਫਲ ਮਿਲ ਜਾਂਦਾ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਇਹ ਵਾਹਿਗੁਰੂ ਮੰਤਰ ਕਿਤੇ ਐਵੇਂ ਐਵੇਂ ਬਣੇ ਆ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਵਾਹਿਗੁਰੂ ਗੁਰਮੰਤਰ ਹੈ ਜਪ ਹਾਂ ਮੈਂ ਖੋਈ, ਜਿਵੇਂ ਕਿਸੇ ਦਰਖਤ ਦੀਆਂ ਜੜ੍ਹਾਂ ਪੱਟ ਕੇ ਸੜ ਦਿੱਤੀਆਂ ਜਾਣ। ਜਿਹੜਾ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਉਹਦੀ ਈਗੋ ਹੈ ਨਾ, ਜਿਹੜੀ ਈਗੋ ਹਉਮੈ ਹੈ ਜਿਹੜੀ, ਇਹ ਵਾਹਿਗੁਰੂ ਗੁਰਮੰਤਰ ਐਂ ਪੱਟ ਕੇ ਸੜ ਦਿੰਦਾ ਬਾਹਰ, ਚੱਲ ਤੇਰਾ ਇੱਥੇ ਕੀ ਕੰਮ ਹੈ। ਉਹ ਮੁੱਕਦੀ ਗੱਲ ਕੀ, ਮਰਦਾਨਾ ਕਹਿੰਦਾ ਮਹਾਰਾਜ ਆਪਾਂ ਚਾਰ ਜਣੇ ਬੈਠੇ, ਪੰਜਵਾਂ ਕਿਹੜਾ? ਕਹਿੰਦਾ ਝਾੜੀ ਲੁੱਕ ਕੇ ਬੈਠੇ। ਮਰਦਾਨਾ ਕਹਿੰਦਾ ਕਿਤੇ ਦੋ ਹਿੱਸੇ ਮੇਰੇ ਤਾਂ ਨਹੀਂ ਪਾਤੇ, ਢਾਈ ਸਿਰ ਪੱਕਾ ਦਾ ਰਾਸ਼ਨ ਸੀ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਢਾਈ ਸਿਰ ਪੱਕਾ ਇਹਦਾ ਰਾਸ਼ਨ ਸੀ ਹੈ ਨਾ, ਤੇ ਢਾਈ ਸਿਰ ਪੱਕਾ। ਕਹਿੰਦਾ ਕਿਤੇ ਦੋ ਹਿੱਸੇ ਮੇਰੇ ਦੇ, ਕਹਿੰਦਾ ਮਰਦਾਨੇ ਆਵਾਜ਼ ਦੇ। ਉਹ ਮੁੱਕਦੀ ਗੱਲ ਕਿ ਜਿਹੜਾ ਗੁਰਦੁਆਰੇ ਗਿਆ ਇਹਨੂੰ ਕੀ ਪਤਾ ਨਾਮ ਕੀ ਹੁੰਦਾ, ਇੱਕ ਵਾਰੀ ਕਹਿ ਦੇ ਵਾਹਿਗੁਰੂ, ਉਹਨੂੰ ਵੀ ਪਤਾ ਨਾਮ ਕੀ ਚੀਜ਼ ਹੈ। ਉਹ ਆਵਾਜ਼ ਦਿੱਤੀ ਤੇ ਅੱਗੋਂ ਦੁੱਧ ਲਾਠੀ ਫੜੀ ਤੇ ਘਰ ਵਾਲੀ ਵਿਚਾਰੀ ਨੀਵਾਂ ਮੂੰਹ ਪਾ ਗਈ ਵੀ ਇਹ ਤਾਂ ਪਹਿਲਾਂ ਬਥੇਰਾ ਤਪਦਾ, ਜੀਓ ਤਪਤ ਹੈ ਬਾਰੰਬਾਰ, ਤਪ ਤਪ ਕਵੇ ਬਹੁਤ ਬੇਕਾਰ, ਜੈਪਨ ਬਾਣੀ ਵਿਸਰ ਜਾਏ, ਜੀਓ ਪੱਕਾ ਰੋਗੀ, ਜੀਓ ਪੱਕਾ, ਜਿਉਂ ਪੱਕਾ ਜਿਉਂ ਪੱਕਾ ਰੋਗੀ ਵੀ ਲੈ ਲਾਏ, ਮਾਫ ਕਰਨਾ। ਤੇ ਆਇਓ ਲਾਠੀ ਫੜੀ ਤੇ ਮੱਥੇ ਤੇ ਤਿਉੜੀਆਂ ਤੇ ਮਾਰਗ ਨੇ ਆ ਭਾਈ ਸਿੱਖਾ ਦੁੱਧ ਪੀ ਲੈ, ਦੁੱਧ ਛਕ ਲੈ ਆਪਣੇ ਸਿੱਧਾ ਆ ਕੇ। ਤੇ ਉਹ ਆਂਦਾ ਮਹਾਰਾਜ ਮੇਰੀਆਂ ਮੱਝਾਂ ਦਾ ਦੁੱਧ ਹੈ ਤੇ ਮੈਨੂੰ ਕਹਿੰਦੇ ਹੋ ਛਕ ਲਾ? ਹਾਂ ਮਨਮੁਖ ਸੀ ਨਾ, ਮਨਮੁਖ ਦਾ ਰਾਹ ਨਿਆਰਾ, ਗੁਰਮੁਖ ਦਾ ਰਾਹ ਹੋਰ। ਇਹਨਾਂ ਦੀ ਵੱਖਰੀ ਵੱਖਰੀ ਬੋਲੀ, ਇਹਨਾਂ ਦੋਹਾਂ ਦੀ ਨਾ ਮਿਲਦੀ ਤੋਰ। ਤੇ ਮੁੱਕਦੀ ਗੱਲ ਕੀ, ਸਾਸੰਗ ਗੁਰਸਾਗਰ ਰਤਨੀ ਭਰਪੂਰ ਹੈ, ਅੰਮ੍ਰਿਤ ਸੰਤ ਚੋ ਗਿਆਨੀ ਦੂਰ ਹੈ। ਕਿਆ ਬਗ ਬਪਰਾ ਛਪਰੀ ਨਾਏ, ਕੀਚੜ ਡੁੱਬੈ ਮੈਲ ਨਾ ਜਾਏ। ਇਹੜਾ ਹੰਸ ਹੈ ਨਾ, ਬਹੁਤ ਘੱਟ ਲੋਕਾਂ ਨੂੰ ਪਤਾ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਹੰਸ ਜਦ ਉਡਾਰੀ ਭਰਦਾ ਨਾ, ਇਹ ਸੱਤਾਂ ਸਮੁੰਦਰਾਂ ਤੋਂ ਉਡਾਰੀ ਭਰ ਕੇ ਪਾਰ ਹੋ ਜਾਂਦਾ। ਐਡੀ ਐਡੀ ਲੰਬੀ ਉਡਾਰੀ ਹੰਸ ਦੀ ਹੈ। ਅਤੇ ਇੱਕ ਦਿਨ ਬਗਲਿਆਂ ਸੋਚਿਆ, ਕਹਿ ਦਿਓ ਵਾਹਿਗੁਰੂ, ਉਹ ਕਹਿੰਦੇ ਐਡੀ ਲੰਬੀ ਉਡਾਰੀ ਭਰਦੇ ਨੇ, ਬਗਲਿਆਂ ਸੋਚਿਆ ਜੀ ਬਗਲਿਆਂ। ਹੰਸਾਂ ਨੂੰ ਕਹਿੰਦੇ ਤੁਸੀਂ ਕਹਿੰਦੇ ਨੇ ਆ ਉਡਾਰੀ ਤਾਂ ਅਸੀਂ ਵੀ ਭਰ ਲੈਂਦੇ ਹਾਂ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਅੱਜ ਦੀ ਉਡਾਰੀ ਤੁਸੀਂ ਭਰਦੇ, ਜਿਵੇਂ ਕਹਿੰਦੇ ਨੇ ਆ ਬਾਬੇ ਕੱਚੀ ਬਾਣੀ ਪੜ੍ਹਦੇ ਆ, ਫਲਾਣਾ ਕਰਦੇ ਆ, ਇਹ ਕਰਦੇ ਆ, ਉਹ ਕਰਦੇ ਆ। ਮੁੱਕਦੀ ਗੱਲ ਕੱਚੀ ਬਾਣੀ ਵੀ ਹੈ, ਇਹ ਤਾਂ ਇੱਕ ਕਹਿਣ ਦੀਆਂ ਗੱਲਾਂ ਨੇ। ਖੈਰ ਮੁੱਕਦੀ ਗੱਲ ਕੀ, ਉਹ ਬਗਲੇ ਕਹਿੰਦੇ ਵੀ ਇਹ ਤਾਂ ਉਡਾਰੀ ਅਸੀਂ ਭਰ ਲੈਂਦੇ ਹਾਂ। ਬਗਲਾ ਨੇ ਆਖਿਆ ਸਾਡੀ ਰੀਸ ਨਾ ਕਰਿਓ, ਮਾਰੇ ਜਾਓਗੇ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਕੱਲ੍ਹ ਦੇ ਕੀਤੇ 'ਚ ਵਿਚਾਰ ਕਰਾਂਗੇ। ਕਹਿੰਦਾ ਸਾਡੀ ਰੀਸ ਨਾ ਕਰਿਓ, ਮਾਰੇ ਜਾਓ। ਕਹਿੰਦਾ ਲੈ ਅਸੀਂ ਉਡਾਰੀ ਭਰ ਲੈਂਦੇ। ਜਦੋਂ ਭਰੀ ਹੰਸਾਂ ਨੇ ਉਡਾਰੀ, ਹੰਸਾਂ ਵੇਖ ਤਰੰਦੇ ਆ, ਸਾਰੇ ਪੜੋ ਹੰਸਾਂ ਦੇ ਵੇਖ। ਬੱਗਾਂ ਵੀ ਉਪਜਿਆ ਚਾਓ, ਬੱਗਾਂ ਵੀ ਉਪਜਿਆ। ਕਹਿੰਦਾ ਬਗਲਿਆਂ ਦੇ ਮਨ 'ਚ ਵੀ ਚਾਅ ਜਾਗਿਆ ਵੀ ਮੁੱਕਦੀ ਗੱਲ ਕੇ। ਬੱਲੇ ਬੱਲੇ ਗੱਲ ਤਾਂ ਕਹਿਣ ਵਾਲੀ ਨਹੀਂ, ਪਰ ਕਿਤੇ ਸਮਾਂ ਬਣਿਆ ਤੇ ਵਿਚਾਰ ਕਰਾਂਗੇ। ਬਗਲਿਆਂ ਨੇ ਵੀ ਕਹਿੰਦਾ ਉਡਾਰੀ ਭਰਤੀ, ਬਗਲਿਆਂ ਵੀ ਉਪਜਿਆ ਚਾਓ, ਉਹਨਾਂ ਦੇ ਮਨ 'ਚ ਚਾਅ ਉੱਠਿਆ ਵੀ ਇਹ ਤਾਂ ਅਸੀਂ ਮਾਰ ਲੈਂਦੇ ਹਾਂ। ਹੁਣ ਹੰਸਾ ਜਿਹੜਾ ਉੱਡਦਾ ਜਾ ਰਿਹਾ ਅਤੇ ਬਗਲਾ ਅਜੇ ਜਦੋਂ ਥੋੜ੍ਹੀ ਦੂਰੀ 'ਤੇ ਗਿਆ ਨਾ, ਅਤੇ ਨਾ ਅੱਗੇ ਜੋਗਾ ਅਤੇ ਨਾ ਪਿੱਛੇ ਜੋਗਾ, ਕਿਉਂ ਉਹਦਾ ਸਾਹ ਟੁੱਟ ਗਿਆ। ਹਾਂਜੀ, ਬਾਣੀ 'ਚ ਮੇਰੇ ਪਾਤਸ਼ਾਹ ਫਰਮਾਉਂਦੇ ਨੇ, ਡੂਬ ਮੂਹੇ ਬਗ ਬਪਰੇ, ਡੂਬ ਮੂਹੇ ਬਗ ਬਪਰੇ, ਸਿਰ ਤਲ, ਸਿਰ ਥੱਲੇ ਨੂੰ ਅਤੇ ਲੱਤਾਂ ਉਤਾਂਹ ਨੂੰ, ਉਹ ਬਗਲਾ ਰੋੜਿਆ ਜਾਂਦਾ। ਗੁਰਸਾਗਰ ਰਤਨੀ ਭਰਪੂਰ ਹੈ, ਅੰਮ੍ਰਿਤ ਸੰਤ ਜੋਗਾ ਨਹੀਂ ਦੂਰ ਹੈ। ਸਤਸੰਗ ਜੀ, ਉਹ ਮਹਾਰਾਜ ਕਹਿੰਦੇ ਹੋਏ ਅਸੀਂ ਤੇਰੀਆਂ ਮੱਝਾਂ ਦਾ ਦੁੱਧ ਥੋੜ੍ਹਾ ਪੀਂਦੇ ਹਾਂ, ਅਸੀਂ ਤਾਂ ਕਰਤਾਰ ਦਾ ਦਿੱਤਾ ਦੁੱਧ ਪੀਂਦੇ ਹਾਂ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਕਰਤਾਰ ਦਾ ਦਿੱਤਾ ਦੁੱਧ ਪੀਂਦੇ ਹਾਂ। ਉਹ ਕਹਿੰਦਾ ਕਰਤਾਰਾਂ ਮੇਰੀਆਂ ਮੱਝਾਂ ਨੂੰ ਪੱਠੇ ਪਾਉਂਦਾ ਕਿਤੇ? ਉਹਨੇ ਸੋਚੋ, ਪਿੰਡ ਸੀ ਆ ਕਰਤਾਰਾ ਨਾਮ ਦਾ ਬੰਦਾ ਸੀ ਇੱਕ, ਜਿਵੇਂ ਕਰਤਾਰ ਸਿੰਘ, ਸ਼ਿੰਗਾਰਾ ਸਿੰਘ, ਪਿਆਰਾ ਸਿੰਘ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਕਰਤਾਰਾਂ ਮੇਰੀਆਂ ਮੱਝਾਂ ਨੂੰ ਪੱਠੇ ਪਾਉਂਦਾ, ਤੁਸੀਂ ਕਹਿੰਦੇ ਹੋ ਵੀ ਕਰਤਾਰੇ ਦਾ ਦਿੱਤਾ ਦੁੱਧ ਪੀਂਦੇ ਹਾਂ, ਕਰਤਾਰ ਦਾ ਦਿੱਤਾ। ਉਹਨੂੰ ਇੰਨਾ ਵੀ ਨਹੀਂ ਪਤਾ ਕਿ ਰੱਬ ਦਾ, ਰੱਬ ਨੂੰ ਕਹਿੰਦੇ ਨੇ ਕਰਤਾਰ ਦਾ ਦਿੱਤਾ ਦੁੱਧ ਪੀਂਦੇ ਹਾਂ।
ਉਹ ਕਹਿੰਦੇ ਪਰਮੇਸ਼ਰ ਦਾ ਦਿੱਤਾ ਦੁੱਧ ਪੀਂਦੇ। ਕਹਿੰਦਾ ਕਿਵੇਂ ਹੋ ਸਕਦਾ? ਬਾਬੇ ਨਾਨਕ ਨੇ ਆਖਿਆ ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ। ਇੱਕ ਵਾਰੀ ਕਹਿ ਦੇ ਬਾਹਰ ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ। ਬਾਬਾ ਜੀ ਨੇ ਆਖਿਆ ਜਾ ਸਾਡਾ ਕਟੋਰਾ ਲੈ ਜਾ ਤੇ ਪਾਣੀ ਦਾ ਭਰ ਕੇ ਲਿਆ। ਸਾਧ ਸੰਗਤ ਜੀ ਗੁਰੂ ਨਾਨਕ ਦੀ ਕਿਰਪਾ ਰਹੀ ਨਾ, ਉਹ ਸਮਾਂ ਦੂਰ ਨਹੀਂ ਜਦੋਂ ਪੂਰਾ ਹਰਿਆਣਾ ਤੇ ਨਹੀਂ ਪੂਰਾ, ਅੱਜ ਤਾਂ ਵੱਖਰੀ ਗੱਲ ਆ, ਸਪੈਂਡਿੰਗ ਵਿਦ ਟਾਈਮ ਸਮੇਂ ਦੇ ਬੀਤਣ ਦਾ ਅੱਧਾ ਹਰਿਆਣਾ ਅੰਮ੍ਰਿਤ ਛੱਕ ਜਾਏਗਾ ਖਾਲਸਾ ਜੀ। ਸਾਡੇ ਜਾਟ ਬੱਲੇ 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 ਕਲ ਭਾਈ ਮਣੀ ਸਿੰਘ 100 ਬੰਦ ਅੰਮ੍ਰਿਤ ਛੱਕ ਕੇ ਆਇਆ ਦੂਰ ਨਵਾਰ ਸਾਹਿਬ, ਤੇ ਜਾਟਾਂ ਦੀਆਂ ਬੀਬੀਆਂ ਕਹਿੰਦੇ ਬਾਬਾ ਜੀ ਅੰਮ ਤੋਂ ਜਾਟ। ਮੈਂ ਕਿਹਾ ਤੁਸੀਂ ਅੰਮ੍ਰਿਤ ਕਿੱਦਾਂ ਛੱਕ ਲਿਆ? ਕਹਿੰਦੇ ਬਾਬਾ ਜੀ ਜੇ ਤਾਂ ਗੁਰੂ ਨਾਨਕ ਦੀ ਕਿਰਪਾ, ਉਹ ਇੰਨੀ ਸੇਵਾ ਕਰਦੀਆਂ ਨੇ ਉਹ ਇੰਨੀ ਹੈਰਾਨਗੀ ਦੀ ਗੱਲ। ਪਰ ਸਤਸੰਗ ਡੰਕਾ ਸਿਰਫ ਗੁਰੂ ਨਾਨਕ ਦਾ ਵੱਜਣਾ, ਸਿੱਕਾ ਉਹਦਾ ਹੀ ਚੱਲਦਾ ਜਿਹਦਾ ਰਾਜ ਹੋਵੇ। ਕਹਿੰਦੇ ਬਾਹਰ ਸਿੱਕਾ ਉਹਦਾ ਹੀ ਚੱਲਦਾ ਜਿਹਦਾ, ਤੇ ਰਾਜ ਕਿਹਦਾ? ਰਾਜ ਗੁਰੂ ਨਾਨਕ ਦਾ, ਪਹਿਰਾ ਗੁਰੂ ਨਾਨਕ ਦਾ। ਤੇ ਫਿਰ ਇੱਕ ਵਾਰੀ ਪੜ ਲਓ ਨਾ, ਕਹਿੰਦੇ ਬਾਹਰ ਮਾਰਿਆ ਸਿੱਕਾ ਜਗਤ ਵਿੱਚ, ਮਾਰਿਆ ਸਿੱਕਾ ਜਗਤ ਵਿੱਚ, ਮਾਰਿਆ ਮਾਰਿਆ ਸਿੱਕਾ ਜਗਤ ਵਿੱਚ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਮਾਰਿਆ ਸਿੱਕਾ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਉਹ ਮੁੱਕਦੀ ਗੱਲ ਕੀ ਸਾਧ ਸੰਗਤ ਜੀ, ਮਰ ਕਟੋਰਾ ਲੈ ਕੇ ਆ ਜਾ ਪਾਣੀ ਦਾ ਭਰ ਕੇ ਲਿਆ। ਤੇ ਤੈਨੂੰ ਦੱਸ ਦਿੰਦੇ ਹਾਂ ਵੀ ਅਸੀਂ ਕਰਤਾਰ ਦਾ, ਨਿਰੰਕਾਰ ਦਾ, ਪਰਮੇਸ਼ੁਰ ਦਾ ਦਿੱਤਾ ਦੁੱਧ ਪੀਂਦੇ ਹਾਂ, ਉਹਦਾ ਦਿੱਤਾ ਖਾਣੇ, ਤੂੰ ਦਾਤਾ ਦਤਾਰ ਤੇਰਾ ਦਿੱਤਾ। ਤੇ ਕਹਿੰਦਾ ਨਾ ਭਾਈ ਦੁੱਧ 10 ਰੁਪਿਆ ਜੇ ਟੋਬਿਆਂ ਤੇ ਪੁੱਜਦਾ, ਜਿਹਨੂੰ ਅਸੀਂ ਟੈਂਕ ਕਹਿੰਦੇ ਨੇ ਅੰਗਰੇਜ਼ੀ 'ਚ TANK, ਜਾਂ ਜਿਹਨੂੰ ਅਸੀਂ ਸਰੋਵਰ ਵੀ ਕਹਿ ਦਿੰਦੇ ਹਾਂ, ਤਲਾਅ ਵੀ ਕਹਿ ਦਿੰਦੇ ਹਾਂ, ਜਿਹਨੂੰ ਟੋਬਾ ਵੀ ਕਹਿ ਦਿੰਦੇ ਹਾਂ, ਦੁੱਧਾ ਟੋਬਿਆਂ 'ਤੇ ਪੁੱਜਦਾ। ਉਹ ਜਿੱਥੇ ਜਾਂਦਾ ਉਹਨੂੰ ਟੋਬੇ ਦੁੱਧ ਭਰ ਭਰ ਕੇ ਵਗਦੇ ਮਿਲਦੇ ਨੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਵਾਹ ਦਾਤਿਆ। ਕਹਿੰਦੇ ਜੇ ਖੂਹਾਂ 'ਤੇ ਜਾਂਦਾ, ਖੂਹ ਸਮਝਦੇ ਵੈਲ ਸ਼ਬਦ ਅੰਗਰੇਜ਼ੀ ਦਾ, ਇੱਕ ਖੂਹਾਂ 'ਤੇ ਜਾਂਦਾ ਖੂਹ ਭਰ ਭਰ ਕੇ ਪਾਣੀ ਦੇ ਵਗਦੇ ਦੁੱਧ ਦੇ ਵਗਦ ਵਗ ਕੇ ਭਰ ਭਰ ਕੇ ਵਗਦੇ ਮਿਲਦੇ ਨੇ। ਕਹਿੰਦੇ ਨੇ ਦੁੱਧਾ ਨਾਲਿਆਂ 'ਤੇ ਜਾਂਦਾ, ਛੋਟੇ ਨਾਲੇ ਹੁੰਦੇ ਨੇ ਜਿਹਨੂੰ ਅਸੀਂ ਸਮੋਲ ਕੀ ਕਹਿੰਦੇ ਰੀਵਰ ਕਹਿ ਸਕਦੇ ਹਾਂ, ਅਤੇ ਉੱਥੇ ਪੁੱਜਦਾ ਉਹ ਵੀ ਦੁੱਧ ਭਰ ਭਰ ਕੇ ਵਗਦੇ ਮਿਲਦੇ ਨੇ। ਦੁੱਧਾ ਗੁਰੂ ਨਾਨਕ ਜੀ ਦੇ ਚਰਨਾਂ ਦੇ ਵਿੱਚ ਆਇਆ, ਕਹਿੰਦਾ ਮਹਾਰਾਜ ਦੁੱਧ ਨਹੀਂ ਮਿਲਦਾ ਕਿਤੇ, ਖੂਹਾਂ 'ਤੇ ਗਿਆ ਮਾਫ ਕਰਨਾ ਪਾਣੀ ਨਹੀਂ ਮਿਲਦਾ, ਖੂਹਾਂ 'ਤੇ ਗਿਆ ਟੋਬਿਆਂ 'ਤੇ ਗਿਆ। ਮਹਾਰਾਜ ਆਖਿਆ ਜਾ ਫਿਰ ਰਾਵੀ ਦਰਿਆ ਹੈ। ਕਹਿੰਦਾ ਜਿੱਥੇ ਜਾਣਾ ਦੁੱਧ ਹੀ ਮਿਲਦਾ। ਪਾਤਸ਼ਾਹ ਨੇ ਆਖਿਆ ਜਾ ਰਾਵੀ ਦਰਿਆ ਹੈ, ਦਰਿਆ ਬਹੁਤ ਵੱਡਾ ਹੁੰਦਾ, ਨਦੀ ਇੱਕ ਛੋਟੀ ਹੁੰਦੀ ਹੈ ਜਿਹੜੀ ਦਰਿਆ 'ਚੋਂ ਨਿਕਲਦੀ। ਅੱਗੇ ਦੁੱਧਾ ਰਾਵੀ ਦਰਿਆ ਦੇ ਕੰਢੇ 'ਤੇ ਪੁੱਜਿਆ, ਅੱਗੇ ਰਾਵੀ ਦਰਿਆ ਦੁੱਧਾ ਭਰ ਭਰ ਕੇ ਵਗਦਾ ਮਿਲਦਾ। ਜਦੋਂ ਵੇਖਿਆ ਹੁਣ ਪਾਣੀ ਨਹੀਂ ਮਿਲਦਾ, ਨਾ ਬਾਬਾ ਜੀ ਪਾਣੀ ਨਹੀਂ ਮਿਲਦਾ। ਕਹਿੰਦੇ ਨੂੰ ਕਿਹਾ ਨਹੀਂ ਸੀ ਅਸੀਂ ਕਰਤਾਰ ਦਾ ਦਿੱਤਾ ਦੁੱਧ ਪੀਂਦੇ ਹਾਂ? ਕਹਿੰਦਾ ਕਰਤਾਰ ਹੈ ਕੋਈ ਸਪੈਸ਼ਲ ਗੱਲ, ਉਹਨੂੰ ਜਨਾਉਣਾ ਸੀ। ਇੱਕ ਵਾਰੀ ਕਹਿ ਦਿਓ ਬਾਹਰ, ਉਹਨੂੰ ਜਨਾਉਣਾ ਸੀ। ਕਹਿੰਦਾ ਆ ਤੇਰੇ ਕਟੋਰੇ 'ਤੇ ਵੀ ਮਾਫ ਕਰਨਾ, ਤੇਰਾ ਜਿਹੜਾ ਦੁੱਧ ਲੈ ਕੇ ਆਇਆ ਇਹ ਤਾਂ ਦੁੱਧ ਤੇਰੀਆਂ ਮੱਝਾਂ ਦਾ ਹੋ ਗਿਆ, ਅਤੇ ਉਹ ਦੁੱਧ ਜਿਹੜਾ ਖੂਹਾਂ 'ਤੇ ਦੁੱਧ, ਨਦੀਆਂ ਨਾਲਿਆਂ ਦਰਿਆਵਾਂ ਟੋਬਿਆਂ 'ਚ ਦੁੱਧ, ਰਾਵੀ ਦਰਿਆ 'ਚ ਦੁੱਧ, ਉਹ ਤੇਰੀਆਂ ਮੱਝਾਂ ਦਾ ਦੁੱਧ ਤੇ ਨਹੀਂ। ਇੱਕ ਵਾਰੀ ਕਹਿ ਦੇ ਵਹਿਰੂ, ਇੱਕ ਵਾਰੀ ਫਿਰ ਕਹਿ ਦੇ ਵਹਿਰੂ। ਉਹ ਮੁੱਕਦੀ ਗੱਲ ਕੀ ਮਾਰ ਦੇ ਚਰਨਾਂ ਢਹਿ ਪਿਆ, ਅਤੇ ਮਾਰ ਕਹਿੰਦੇ ਮੁੱਖ ਜੇ ਖਿਆਲ ਨਹੀਂ ਨਾ ਬਦਲੇ। ਕਹਿ ਦੇ ਵਹਿਰੂ ਅਜੇ ਖਿਆਲ ਨਹੀਂ ਬਦਲੇ, ਅਤੇ ਮਹਾਰਾਜ ਸਤਿਗੁਰੂ ਨਾਨਕ ਦੇ ਮਹਾਰਾਜ ਕਹਿੰਦਾ ਦੁੱਧ ਦੇ ਘਰ ਵਾਲੀ ਕੁਝ ਕਹਿੰਦੇ ਕੁਝ ਮੰਗ ਲਾ। ਕਹਿੰਦੇ ਗਰੀਬ ਨਵਾਜ ਕੀ ਮੰਗਣਾ, ਚੰਦ ਦਿਨ ਦੀ ਜ਼ਿੰਦਗੀ ਹੈ, ਕਿਰਪਾ ਕਰੋ ਮੈਂ ਸੇਵਾ ਕਰਦਿਆਂ ਨਿਕਲ ਜਾਇਆ।
ਮਾਰਿਆ ਕਿਹਾ ਜਾ ਤੇਰਾ ਲੋਕ ਵੀ ਸੁਖੀ ਆ ਪਰ ਲੋਕ ਵੀ ਸੁਖੀ ਹਨ। ਦੁੱਧ ਨੂੰ ਆਖਿਆ ਕੁਝ ਮੰਗ ਲਾ, ਕਹਿੰਦਾ ਮੈਨੂੰ ਵੀ ਦਓਗੇ ਤੇ ਜੋ ਮੰਗੇਗਾ। ਕਹਿੰਦਾ ਪੱਕੀ ਗੱਲ, ਕਹਿੰਦਾ ਪੱਕੀ ਗੱਲ, ਕਹਿੰਦਾ ਮਾਰ ਕਿਰਪਾ ਕਰੋ ਮੈਂ ਮਰਾਂ ਨਾ। ਸਭ ਇੱਕ ਦਿਨ ਆਉਂਦਾ ਜਦੋਂ ਘਰ ਦੇ ਵੀ ਕਹਿ ਦਿੰਦੇ ਨੇ ਕੋਈ ਘਰ ਦੇ ਵਿੱਚ ਬੰਦਾ ਨਾ, ਉਹੀ ਬੰਦਾ ਉਹੀ ਹੁੰਦਾ ਜਦੋਂ ਬਜ਼ੁਰਗ ਹੋ ਜਾਂਦਾ ਨਾ ਬਹੁਤਾ, ਉਦੋਂ ਗ੍ਰੰਥੀ ਸਿੰਘ ਨੂੰ ਕਹਣਗੇ ਜੀ ਕੀਰਤਨ ਸੇਲੇ ਦੀ ਅਰਦਾਸ ਕਰੋ ਜੀ, ਸਾਡਾ ਦਾਦਾ ਬੜਾ ਔਖਾ ਜਾਂ ਬਾਪੂ ਬੜਾ ਔਖਾ। ਯਾ ਉਹਨੂੰ ਮਦ ਉਸ ਵੇਲੇ ਵੀ ਪਰਮੇਸ਼ਰ ਨੇ ਕਰਨੀ, ਉਹ ਮਰ ਗਏ ਇਹ ਨਾ ਮੰਗ ਕੁਝ ਹੋਰ ਮੰਗ ਲਾ। ਕਹਿੰਦਾ ਹੋਰ ਮੈਨੂੰ ਕੀ ਦਓਗੇ, ਮੰਗਣ ਵਾਲੀ ਚੀਜ਼ ਤਾਂ ਦਿੰਦਾ ਨਹੀਂ। ਆਖਿਆ ਜਾ ਦੁੱਧਿਆ ਤੂੰ ਮਰੇਗਾ ਨਹੀਂ, ਪਰ ਤੇਰੀ ਜ਼ਿੰਦਗੀ 'ਚ ਇੱਕ ਸਮਾਂ ਆਏਗਾ ਤੂੰ ਮੌਤ ਮੰਗੇਗਾ, ਤੂੰ ਸਾਨੂੰ ਯਾਦ ਕਰੀ ਅਸੀਂ ਫਿਰ ਵੀ ਤੇਰੀ ਮਦਦ ਕਰਾਂਗੇ। ਤੱਦੇ 'ਤੇ ਕਿਹਾ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ। ਸਾਧ ਸੰਗਤ ਜੀ ਇਹ ਸਮਾਂ ਬੜਾ ਕੀਮਤੀ ਹੈ, ਇਸ ਸਮੇਂ ਨੂੰ ਜਾਣਨਾ ਦਿਓ ਜੀ, ਸੱਚੀ ਗੱਲ ਆ ਬਹੁਤ ਕੀਮਤੀ ਸਮਾਂ। ਹੁਣ ਤਾਂ ਇੱਕ ਦਿਨ ਦਾ ਵੀ ਸਮਾਂ ਨਹੀਂ ਰਹਿ ਗਿਆ, ਇੱਕ ਦਿਨ ਤਾਂ ਬਹੁਤ ਦੂਰ ਦੀ ਗੱਲ ਹੈ, ਇੱਕ ਇੱਕ ਘੰਟੇ ਦਾ ਟਾਈਮ ਨਹੀਂ ਅੱਜ ਇੰਡੀਆ ਦੇ ਵਿੱਚ ਕਿਤੇ ਮਿਲਦਾ ਕਈਆਂ ਥਾਂ 'ਤੇ ਜਾਣ ਨੂੰ। ਪਰ ਸਾਧ ਸੰਗਤ ਜੀ ਕਹਿੰਦੇ ਨੇ ਸਤਿਗੁਰੂ ਜਗਤ ਜਲੰਧਰ ਦਾ ਉਧਾਰ ਕਰਦੇ ਕਰਦੇ ਨਿਰੰਕਾਰ ਦੇ ਦੇਸ਼ ਨੂੰ ਚਲੇ ਗਏ। ਇੱਦਾਂ ਦੁੱਧ ਦੇ ਘਰ ਵਾਲੀ ਕੁਝ ਸਮੇਂ ਬਾਅਦ ਸਰੀਰ ਤਿਆਗ ਕੇ ਰੱਬ ਨੂੰ ਪਿਆਰੀ ਹੋ ਗਈ। ਜਮਾਨਾ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਜੀ ਦਾ ਆ ਗਿਆ। ਦੁੱਧ ਦੀ ਪੰਜਵੀਂ ਪੀੜ੍ਹੀ 'ਤੇ ਗੱਲ ਚੱਲ ਪਈ, ਪੰਜਵੀਂ ਪੀੜ੍ਹੀ 'ਤੇ ਫਾਦਰ ਫੋਰ ਫਾਦਰ ਬਿਫੋਰ ਫਾਦਰ ਕਰਦੇ 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 ਜਦੋਂ ਪੰਜਵੀਂ ਪੀੜ੍ਹੀ 'ਤੇ ਗੱਲ ਚੱਲੀ ਨਾ, ਅਤੇ ਜਦੋਂ ਸਾਡੇ ਆਪਾਂ ਬੱਚੇ ਦਾ ਵਿਆਹ ਕਰਾ ਕੇ ਲਿਆਉਂਦੇ ਨਾ, ਇੰਟਰੋਡਕਸ਼ਨ ਕਰਾਉਣਗੀਆਂ ਜਠਾਣੀਆਂ ਜਾਂ ਚਾਚੀਆਂ ਤਾਈਆਂ ਨਹੀਂ ਆ, ਤੇਰਾ ਸਹੁਰਾ ਹੈ ਨਹੀਂ, ਇਹ ਤੇਰਾ ਮਾਮਾ ਸਹੁਰਾ ਚਾਚਾ ਸਹੁਰਾ, ਇਹਨੂੰ ਮੱਥਾ ਟੇਕ, ਇਹਨੂੰ ਟੇਕ, ਇਹਨੂੰ ਟੇਕ, ਇਹ ਵੀ ਨਹੀਂ ਟੇਕ, ਇਹਦੇ ਪੈਰੀ ਹੱਥ ਲਾ, ਇਹਦੇ ਪੈਰੀ ਹੱਥ ਲਾ, ਇਹਦੇ ਪੈਰੀ ਹੱਥ ਲਾ। ਉਹ ਸਾਧ ਸੰਗਤ ਜੀ ਉਹ ਹੁਣ ਘਰਦਿਆਂ ਨੇ ਕੀ ਕੀਤਾ, ਕੁਟੀਆ ਸੀ, ਹੁਣ ਪੰਜਵੀਂ ਪੀੜ੍ਹੀ ਥੋੜ੍ਹੀ ਹੁੰਦੀ, ਇੱਕ ਕੁਟੀਆ ਜੀ ਪਾਤੀ ਸਵੇਰੇ ਦੁਪਹਿਰਾ ਸ਼ਾਮੀ ਨਾ ਰੋਟੀ ਦੇ ਆਉਂਦੇ ਨੇ ਉਹਨੂੰ ਵਿਚਾਰੇ ਨੂੰ, ਆਹ ਭਰਵੱਟੇ ਜਿਹੜੇ ਆਪਾਂ ਤਾਂ ਰਹਿਣੇ ਨਹੀਂ ਦਿੱਤੇ, ਉਹਦੀਆਂ ਭਾਵੇਂ ਭਰਵੱਟੇ ਸਨ ਜਿਹੜੇ ਸਾਸੋ ਦੀ ਗੋਦੀ ਜਾਣੀ ਸ਼ੁਰੂ ਹੋ ਗਿਆ। ਅਤੇ ਸੱਜ ਵਿਆਹੀ ਨੂੰ ਪੰਜਵੀਂ ਪੀੜ੍ਹੀ 'ਚ ਆਈ, ਜਦ ਵਿਆਹ ਵਿਆਹਿਆ ਬੱਚਾ ਤਾਂ ਲਿਆਂਦਾ, ਅਤੇ ਨਾਲ ਦੀਆਂ ਜਠਾਣੀਆਂ ਕਹਿੰਦੀਆਂ ਹੋਰ ਚਾਚੀਆਂ ਤਾਈਆਂ ਕਹਿੰਦੀਆਂ ਚੱਲ ਤੈਨੂੰ ਇੱਕ ਬਜ਼ੁਰਗ ਦੇ ਦਰਸ਼ਨ ਕਰਾਈਏ, ਉਹਨੂੰ ਮੱਥਾ ਟੇਕਣਾ ਟਿਕਾ ਲਿਆਈਏ। ਜਦੋਂ ਮੱਥਾ ਟਿਕਾਉਣ ਗਈਆਂ, ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ। ਅਤੇ ਜੇ ਉਹਨੇ ਮੱਥਾ ਟੇਕਿਆ ਅਤੇ ਉਹ ਨਾਲ ਦੀਆਂ ਨੂੰ ਪੁੱਛਦੀ, ਸੱਜ ਵਿਆਹੀ ਬਹੂ ਪੁੱਛਦੀ ਹੈ, ਬਹੁਟੀ ਪੁੱਛਦੀ ਆ, ਕਹਿੰਦੀ ਭੈਣੋ ਕੌਣ ਹੈ, ਇਹ ਬਜ਼ੁਰਗ ਕੌਣ ਹੈ? ਕਹਿੰਦੀ ਇੰਨਾ ਤਾਂ ਸਾਨੂੰ ਵੀ ਨਹੀਂ ਪਤਾ, ਜਦ ਸਾਡਾ ਵਿਆਹ ਹੋਇਆ ਸੀ ਨਾ ਮੱਥਾ 'ਤੇ ਵੀ ਟੇਕਿਆ ਸੀ। ਹਾਂਜੀ, ਜਦ ਸਾਡਾ ਵਿਆਹ ਹੋਇਆ ਸੀ ਮੱਥਾ 'ਤੇ ਵੀ ਟੇਕਿਆ ਸੀ। ਕਹਿੰਦੇ ਕੋਈ ਤਾਂ ਪਤਾ ਹੋਏਗਾ, ਕਹਿੰਦੇ ਪਤਾ ਹੋਵੇ ਤਾਂ ਦੱਸੀਏ, ਪੰਜ ਪੀੜ੍ਹੀਆਂ ਥੋੜ੍ਹੀਆਂ ਹੁੰਦੀਆਂ ਨੇ ਕਿਧਰੇ। ਕਹਿੰਦੇ ਮੱਥਾ 'ਤੇ ਵੀ ਟੇਕਿਆ ਸੀ ਪਰ ਪਤਾ ਨਹੀਂ, ਇਹਨਾਂ ਸਾਨੂੰ ਵੀ ਨਹੀਂ ਪਤਾ ਕੌਣ ਹੈ। ਉਹ ਦਾਦਾ ਦੀ ਤਾਂ ਨਿਕਲ ਗਏ, ਗੁਰੂ ਨਾਨਕ ਦੇ ਬਚਨ ਯਾਦ ਆਏ। ਓਹ ਦੁੱਧਿਆ ਇੱਕ ਦਿਨ ਤੋਂ ਮੌਤ ਮੰਗੇਗਾ, ਸਭਣਾ ਮਰਨਾ ਆਇਆ ਵਿਛੋੜਾ ਸਭਨਾ, ਚਾਹੇ ਪੁੱਛੋ ਸਿਆਣੇ ਅੱਗੇ ਮਿਲਣ ਕਿ ਨਾ। ਹਾਂ ਕਹਿੰਦੇ ਨੇ ਦੋ ਦਿਨ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ, ਮਹਾਰਾਜ ਕਿਰਪਾ ਕਰੋ ਮੈਂ ਹੁਣ ਦੇਖ ਲਿਆ। ਹਾਂਜੀ, ਮੈਂ ਹੁਣ ਦੇਖ ਲਿਆ ਇੱਥੇ ਕੋਈ ਨਹੀਂ ਕਿਸੇ ਦਾ, ਕਿਰਪਾ ਕਰੋ ਮੈਂ ਮਰ ਜਾਵਾਂ, ਮੈਂ ਮਰ ਜਾਵਾਂ, ਕਿਰਪਾ ਕਬੀਰ ਸੁਖ ਨਾ ਇਹ ਜੱਗ। ਸਾਰੇ ਪੜ੍ਹੋ, ਕਬੀਰ ਸੁਖ ਨਾ ਇਹ ਜੱਗ, ਜੋ ਬਹੁਤੇ ਕਰਿਓ ਮੀਤ। ਕਹਿੰਦੇ ਜੇ ਬਹੁਤੇ ਮਿੱਤਰ ਦੋਸਤ ਬਣਾ ਲਏ ਤਾਂ ਸੰਸਾਰ 'ਚ ਸੁਖ ਨਹੀਂ। ਕਹਿੰਦੇ ਮਾਫ ਕਰਨਾ, ਜੋ ਚਿੱਤ ਰਾਖੇ ਏਕ ਸਿਓ ਤਾਂ ਕੋਈ ਨਿਰਮਲ ਚੀਤ। ਅਤੇ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ, ਛੇਵੀਂ ਸਰਕਾਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਦਾ ਜ਼ਮਾਨਾ ਸੀ, ਹਜ਼ੂਰ ਘੋੜੇ ਦਾ ਸਵਾਰ ਫੌਜਾਂ ਸਮੇਤ ਦੁੱਧ ਦੇ ਘਰੇ ਪੁੱਜੇ ਅਤੇ ਜਾ ਕੇ ਸੀਸ ਤੱਕ ਲੱਗੀ, ਦੋ ਮੀਰੀ ਪੀਰੀਆਂ ਤਲਵਾਰਾਂ ਪਹਿਨੀਆਂ ਨੇ। ਮਹਾਰਾਜ ਕਹਿੰਦੇ ਕਿਉਂ ਦੁੱਧਿਆ, ਤੈਨੂੰ ਕਿਹਾ ਸੀ ਨਾ ਇੱਕ ਦਿਨ ਤੂੰ ਮੌਤ ਮੰਗੇਗਾ। ਉਹ ਕਹਿਣ ਲੱਗਾ ਮਹਾਰਾਜ ਨਾ ਤਾਂ ਠੀਕ ਲੈ ਲਿਆ, ਮੌਤ ਹੀ ਮੈਂ ਠੀਕ ਮੰਗ ਰਿਹਾ, ਪਰ ਮੈਨੂੰ ਕਿੱਦਾਂ ਯਕੀਨ ਆਊਗਾ? ਸਿੱਖਾਂ ਨੇ ਆਖਿਆ ਗੁਰੂ ਨਾਨਕ ਦੀ ਗੁਰਤਾ ਗੁਰਗੱਦੀ ਦੇ ਛੇਵੇਂ ਮਾਰਸ਼ ਨੇ,
ਤੇ ਮੈਨੂੰ ਕਿੱਦਾਂ ਯਕੀਨ ਆਵੇਗਾ ਕਿ ਤੁਸੀਂ ਗੁਰੂ ਨਾਨਕ ਹੋ? ਮੈਨੂੰ ਤੇ ਤਾਂ ਵਿਸ਼ਵਾਸ ਆਵੇ ਜੇ ਮੈਨੂੰ ਗੁਰੂ ਨਾਨਕ ਦੇ ਰੂਪ ਚ ਦਰਸ਼ਨ ਦਿਓ। ਸਤਿਗੁਰੂ ਗੁਰੂ ਹਰਗੋਬਿੰਦ ਜੀ ਨੇ ਕਨਾਤਾਂ ਵਗੈਰਾ ਲਵਾ ਕੇ ਚੰਦ ਮਾਫ ਕਰਨਾ ਚਾਂਦਨੀ ਚਦੋਆ ਵਗੈਰਾ ਲਾ ਕੇ ਫਿਰ ਭਾਈ ਦੋਧਿਆਂ ਨੂੰ ਆਪਣੀ ਦੇਹ ਪਲਟ ਕੇ ਗੁਰੂ ਨਾਨਕ ਦੇ ਰੂਪ ਚ ਦਰਸ਼ਨ ਦਿੱਤੇ ਖਾਲਸਾ ਜੀ। ਅੱਜ ਕੱਲ੍ਹ ਤਾਂ ਕਿੰਤੂ ਪਰੰਤੂ ਤੋਂ ਬਗੈਰ ਕਿਤੇ ਰਿਹਾ ਹੀ ਨਹੀਂ ਗਿਆ ਕੁਛ ਵੀ। ਮਾਫ ਕਰਨਾ ਖਾਲਸਾ ਜੀ, ਮਹਾਰਾਜ ਦੇ ਕਿਆ ਕਿਆ ਕੌਤਕ ਦੱਸੀਏ ਤੁਹਾਨੂੰ ਸਤਸੰਗ ਜੀ। ਅਸੀਂ ਤੇ ਸਿਰਫ ਨਾ ਇੱਕ ਰਵਾਇਤ ਬਣਾ ਲਈ ਆ, ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਣਾ ਜੀ, ਦਸਵੇਂ ਪਾਤਸ਼ਾਹ ਦਾ ਮਨਾਉਣਾ। ਮੈਂ ਬੇਨਤੀ ਕਰਦਾ ਇੱਥੇ ਦੇ ਪ੍ਰਬੰਧਕਾਂ ਨੂੰ ਵੀ ਕਿ 11 ਹੀ ਪਾਤਸ਼ਾਹੀਆਂ ਦੇ ਗੁਰਪੁਰਬ ਬਣਾਇਆ ਕਰੋ, ਇੱਕ ਵੀ ਕਹਿੰਦੇ ਵੈਰੂ ਸਾਰਿਆਂ ਦੇ ਗੁਰਪੁਰਬ ਬਣਾਇਆ ਕਰੋ। ਸਾਧ ਸੰਗਤ ਜੀ, ਸਾਰੀਆਂ ਪਾਤਸ਼ਾਹੀਆਂ ਇੱਕੋ ਜੋਤ ਜੋਤ ਹੈ ਸਾਰਿਆਂ ਦੇ ਵਿੱਚ, ਮਾ ਜੋਤ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਕਹਿੰਦੇ ਜੀ ਮਹਾਰਾਜ ਨੇ ਦਰਸ਼ਨ ਦਿੱਤੇ ਸਾਧਸੰਗ ਦੋਧਿਆਂ ਨੂੰ ਗੁਰੂ ਨਾਨਕ ਦੇ ਰੂਪ ਵਿੱਚ, ਫਿਰ ਸਾਧ ਸੰਗਤ ਜੀ ਇਹਦੀਆਂ ਅੱਖਾਂ 'ਚ ਹੰਝੂ ਬਹਿਤਰ, ਮਹਾਰਾਜ ਦੇ ਸਿਰ 'ਤੇ ਹੱਥ ਰੱਖਿਆ, ਉਧਰੋਂ ਸੱਚਖੰਡ 'ਚ ਬਿਮਾਨ ਆ ਗਿਆ, ਇਹਦੀ ਰੂਪ ਬਾਣ 'ਚ ਬੈਠ ਕੇ ਸੱਚਖੰਡ ਚਲੀ ਗਈ। ਮਾਫ਼ ਕਰਨਾ ਗੁਰੂ ਕੀ ਸੰਗਤ, ਭਾਈ ਸਾਹਿਬ ਨੇ ਦਿੱਤੇ ਤੱਕ ਕਹਿਤਾ ਵਾਹਿਗੁਰੂ ਗੁਰੂ ਨਾਨਕ ਹੈ, ਵਾਹਿਗੁਰੂ ਗੁਰੂ ਨਾਨਕ, ਮਾਫ਼ ਕਰਨਾ ਗੁਰਮੰਤਰ ਇੱਕ ਥਾਂ ਕਹਿ ਕੇ ਤਾਂ ਵਾਹਿਗੁਰੂ ਕਹਿੰਦੇ ਨਾਨਕ ਹੀ ਵਾਹਿਗੁਰੂ ਹੈ, ਇੱਕ ਵਾਰੀ ਕਹਿ ਦਿਓ ਨਾ ਗੁਰੂ ਨਾਨਕ ਆਪ ਨਰਾਇਣ ਕਲਾ ਤਾਰ ਜਗਮ ਪਰਵਰਿਓ। ਗੁਰਬਾਣੀ ਦੇ ਫੈਸਲੇ ਨੇ ਸਾਰੇ ਹੁਮਾ ਕਿਆ ਕਰੋ, ਕੰਮ ਮੁੱਕਣੇ ਨੇ ਪਰ ਸਾਡਾ ਨਹੀਂ ਪਤਾ ਆਪਾਂ ਕਦੋਂ ਮੁੱਕ ਜਾਣਾ। ਇੱਕ ਵਾਰੀ ਕਹਿੰਦੇ ਵਾਹਿਗੁਰੂ ਸਾਡਾ ਨਹੀਂ ਪਤਾ ਆਪਾਂ ਕਦੋਂ ਮੁੱਕ ਜਾਣਾ, ਆੜਾ ਟਾਈਮ ਲਾ ਕੇ ਚੱਲੇ ਹੋ ਨਾ, ਆਹ ਟਾਈਮ ਲਾ ਕੇ ਚੱਲੇ ਹੋ, ਸਵੇਰੇ ਲਾਓਗੇ ਨਿਤਨੇਮ ਕਰਿਆ ਕਰੋ, ਬਾਣੀ ਪੜਿਆ ਕਰੋ, ਸਿਮਰਨ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਇਸ਼ਨਾਨ ਕਰੋ, ਨਿਤਨੇਮ ਕਰੋ, ਬਾਣੀ ਪੜੋ, ਫਿਰ ਕੰਮਾਂ ਕਾਰਾਂ 'ਤੇ ਜਾਓ। ਹਰ ਮੈਦਾਨ ਫਤਿਹ, ਹਰ ਦੁਮਾਨ ਫਤਿਹ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਹੁਣ ਇੰਨੇ ਸ਼ਬਦ ਕਰੋ ਪ੍ਰਵਾਨ ਅਤੇ ਵੱਧ ਤੋਂ ਵੱਧ ਸਮਾਂ ਗੁਰੂ ਚਰਨਾਂ 'ਚ ਲਾਓ। ਸਿਹਤ ਭਾਵੇਂ ਢਿੱਲੀ ਚੱਲ ਰਹੀ ਸੀ ਕਾਫੀ ਦਿਨ ਤੋਂ, ਹੈਰਾਨ ਮੰਨੋਗੇ ਗੁਰੂ ਨਾਨਕ ਦੀ ਸੰਗਤ ਰੋਜ਼ ਦੀ ਚਲਾਈ ਸੀ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਬੜੇ ਵੱਡੇ ਕੱਟ ਹੁੰਦੇ ਨੇ, ਧਾਨ ਦੀਆਂ ਫਸਲਾਂ ਜਿਹਨੂੰ ਅਸੀਂ ਚੌਲ ਵੀ ਕਹਿ ਦਿੰਦੇ ਹਾਂ, ਫਸਲਾਂ ਖੜੀਆਂ ਹੁੰਦੀਆਂ ਨੇ, ਧਾਨ ਕੱਟਿਆ ਜਾਂਦਾ ਅਤੇ ਲੋਕ ਜ਼ਮੀਨਾਂ ਦੇ ਵਿੱਚ ਨਾ ਸੱਸ ਫਿਰ ਪੰਡਾਲ ਲਾਉਂਦੇ ਨੇ, ਸੱਤਰ ਹਜ਼ਾਰ ਲੱਖ ਲੱਖ ਬੰਦੇ ਦਾ ਇਕੱਠ ਹੁੰਦਾ ਦੀਵਾਨਾਂ 'ਚ ਸਵੇਰੇ ਕਿਤੇ ਸ਼ਾਮੀ ਕਿਤੇ। ਪਰ ਸਤਸੰਗ ਜੀ ਲਾ ਲਓ, ਇੱਕ ਵਾਰੀ ਕਹਿੰਦੇ ਵਾਹਿਗੁਰੂ, ਨੌਵੇਂ ਪਾਤਸ਼ਾਹ ਸਾਨੂੰ ਕਹਿ ਰਹੇ ਨੇ, ਹਰ ਜਸਰੇ ਮਨਾ ਗਾਏ ਲੈ ਸਰਪੜੋ, ਹਰ ਜਸਰੇ ਮਨਾ, ਹਰ ਜਸਰੇ ਮਨਾ, ਕਹਿੰਦੇ ਮਾਫ ਕਰਨਾ ਕਹਿੋ ਮਾਨ ਲੈ ਮੇਰੋ, ਹਰ ਜਸਰੇ ਮਨਾ ਗਾਏ ਲੈ ਕਹਿੋ ਮਾਨ ਲੈ ਮੇਰੋ, ਅਵਸਰ ਬੀਤਿਓ ਜਾਤ ਹੈ। ਅਵਸਰ ਕਹਿੰਦੇ ਸਮਝ ਨੂੰ, ਕਹਿੰਦਾ ਤੇਰੀ ਜ਼ਿੰਦਗੀ ਦਾ ਸਮਾਂ ਬੀਤਦਾ ਤੁਰਿਆ ਜਾਂਦਾ, ਅਵਸਰ ਬੀਤਿਓ ਜਾਤ ਹੈ ਕਹਿੋ ਮਾਨ ਲੈ ਮੇਰੋ, ਹਰ ਜਸਰੇ ਮਨਾ ਗਾਏ ਲੈ ਜੋ ਸੰਗੀ ਹੈ ਤੁਰੋ, ਮਾਫ਼ ਕਰਨਾ ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ ਕਹਿੋ ਮਾਨ ਲੈ, ਉਹ ਮੇਰੇ ਆਖੇ ਲੱਗ ਜਾ ਹੋਏ। ਉਹ ਸਾਡੇ ਵਰਗੇ ਗੰਦਗੀ ਦੀਆਂ ਕੀੜਿਆਂ ਨੂੰ ਨੌਵੇਂ ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਉਹ ਮੇਰੇ ਕਹੇ ਲੱਗ ਜਾਓ, ਮੇਰੇ ਆਖੇ ਲੱਗ ਜਾਓ ਹੋਏ, ਮਾਂ ਤੁਹਾਡੀ ਜ਼ਿੰਦਗੀ ਦਾ ਸਮਾਂ ਗੁਜ਼ਰਦਾ ਜਾ ਰਿਹਾ, ਵੱਧ ਤੋਂ ਵੱਧ ਸਮਾਂ ਗੁਰੂ ਚਰਨਾਂ 'ਚ ਲਾਓ। ਹੁਣ ਗੁਰੂ ਸਤੋਤਰ ਗੱਜ ਵੱਜ ਕੇ ਪੜਿਆ ਕਰੋ, ਇੱਕ ਵਾਰੀ ਵੀ ਕਿਹਾ ਗਿਆ ਤਦ ਵੀ ਬੇੜਾ ਪਾਰ ਹੋ ਜੂਗਾ, ਜਿੰਨੀ ਤੁਧ ਨੂੰ ਧੰਨ ਗਿਆ ਸਾਰੇ ਪੜੋ, ਜਿੰਨੀ ਤੁਧ ਨੂੰ ਧੰਨ ਗਿਆ, ਤਿੰਨ ਜਮ ਨੇੜ ਨਾ ਆਇਆ, ਤਿੰਨ ਜਮ ਨੇੜ ਨਾ ਆਇਆ। ਹੁਣ ਸਮਾਂ ਆਗਿਆ ਨਹੀਂ ਦਿੰਦਾ, ਇਹਨੇ ਸ਼ਬਦ ਪ੍ਰਵਾਨ ਵੱਧ ਵੱਧ ਹਾਜ਼ਰੀ ਭਰਿਆ ਕਰੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਤਨ ਹੈ ਤਨ ਤਨ ਹੈ
ਸੰਗਤ ਸਾਹਿਬ ਜੀ ਤਨ ਹੈ ਅਨਖ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ ਸਾਹਿਬ ਜੀ ਧੰਨ ਹੈ ਧੰਨ ਹੈ ਤਨਖ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ ਧਨ ਹੈ ਗੁਰ ਜੀ ਯਾਰ ਰਾਏ ਤਬ ਧਨ ਹੈ ਧਨ ਹੈ ਧਨ ਧਨ ਹੈ ਗੁਰ ਜੀ ਯਾਰ ਕ੍ਰਿਸ਼ਨ ਜੀ ਧਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਧੰਨ ਹੈ ਧੰਨ ਹੈ ਧੰਨ ਧੰਨ ਹੈ ਗੋਬਿੰਦ ਸਿੰਘ ਜੀ ਧੰਨ ਹੈ ਧੰਨ ਹੈ ਤਨਖ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਤਨ ਹੈ ਤੇਰੀ ਤਾਤ ਤੰਗਤ ਜੀ ਤਨ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋਲ
ਮਿੱਠੜਾ ਲੱਗੂ ਸਾ ਪੁਲਕਾਰਿਆ ਤੇਰਾ ਕਛੂ ਨਾ ਲੱਗੇਗਾ ਬੋਲ ਪਿਆਰਿਆ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਧਰ ਪਈਏ ਧਰਮ ਨਾ ਛੋੜੀਏ ਧਰ ਪਈਏ ਧਰਮ ਨਾ ਛੋੜੀਏ ਧਰਮ ਨਾ ਛੋੜੀਏ ਪਈਏ ਧਰਮ ਨਾ ਛੋੜੀਏ ਬਹਾਦਰ ਬੋਲਿਆ ਤੇਗ ਬਹਾਦਰ ਬੋਲਿਆ ਗੁਰੂ ਤੇਗ ਬਹਾਦਰ ਬੋਲਿਆ ਧਰਮ ਨਾ ਛੋੜੀਏ ਪਈਏ ਧਰਮ ਨਾ ਛੋੜੀਏ ਪਈਏ ਧਰਮ ਨਾ ਛੋੜੀਏ ਪਈਏ ਧਰਮ ਨਾ ਛੋੜੀਏ ਸ਼ਬਦ ਪ੍ਰਵਾਨ ਕਰੋ ਇੰਨੀ ਦਿਨੀ ਇਹਨਾਂ ਦਿਨਾਂ ਦੇ ਵਿੱਚ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਆ ਰਹੇ ਨੇ ਨੌਵਾਂ ਗੁਰੂ ਨਾ ਦਿੱਲੀ ਵਿੱਚ ਸੀਸ ਦਿੰਦਾ ਸਾਰਾ ਹਿੰਦੁਸਤਾਨ ਹੀ ਅੱਜ ਪਾਕਿਸਤਾਨ ਹੁੰਦਾ ਲਾਲ ਕਿਲ੍ਹੇ 'ਤੇ ਝੂਲਦਾ ਚੰਨ ਤਾਰਾ ਬੈਠਾ ਦਿੱਲੀ ਦੇ ਤਖ਼ਤ 'ਤੇ ਕੋਈ ਮੋਮਨ ਖਾਨ ਹੁੰਦਾ ਗੱਲ ਖਤਮ ਹੋ ਜਾਂਦੀ ਇਨਸਾਨੀਅਤ ਦੀ ਹਰ ਬੰਦਾ ਹੀ ਇੱਥੇ ਸ਼ੈਤਾਨ ਹੁੰਦਾ ਉਹਨਾਂ ਦੀ ਪਾਵਣ ਪਵਿੱਤਰ ਕੁਰਬਾਨੀ ਰੰਗ ਲਿਆਈ ਹਿੰਦੁਸਤਾਨ ਦੇ ਵਿੱਚ ਦੁਨੀਆਂ ਦੇ ਵਿੱਚ ਇੱਕ ਇਨਕਲਾਬ ਕੀਤਾ ਸੱਚ ਲਈ ਗਊ ਗਰੀਬ ਦੀ ਰੱਖਿਆ ਲਈ ਕੁਰਬਾਨੀ ਦੇ ਕੇ ਸਤਿਗੁਰੂ ਪਾਤਸ਼ਾਹ ਨੇ ਸਾਸਨ ਸਰਬੱਤ ਦੇ ਭਲੇ ਦੀ ਮਿਸਾਲ ਨੂੰ ਕਾਇਮ ਅਤੇ ਦਾਇਮ ਰੱਖਿਆ ਕੱਲ੍ਹ ਤੋਂ ਵਿੱਚ ਕੋਸ਼ਿਸ਼ ਕਰਾਂਗੇ ਮਾਰ ਦਾ ਜੀਵਨ ਬਹੁਤ ਵੱਡਾ ਜੀਵਨ ਹੈ ਮੁੱਕਦੀ ਗੱਲ ਕੀ ਖਾਲਸਾ ਜੀ ਆਪ ਥੋੜ੍ਹਾ ਜਿਹਾ ਥੋੜ੍ਹਾ ਕਰਕੇ ਵਿਚਾਰ ਕਰਦੇ ਕਰਦੇ ਇਹਨਾਂ ਦਿਨਾਂ ਦੇ ਵਿੱਚ ਨੌਵੇਂ ਪਾਤਸ਼ਾਹ ਜੀ ਦੇ ਪਾਵਣ ਪਵਿੱਤਰ ਸ਼ਹੀਦੀ ਪੁਰਬ ਮਨਾਏ ਜਾਣਗੇ ਕੋਸ਼ਿਸ਼ ਕਰਾਂਗੇ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਤੇਗ ਬਹਾਦਰ ਸਿਮਰ ਰੋਜ਼ ਪੜ੍ਹਦੇ ਹਨ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਡਟੇ ਸ਼ਬਦ ਵਿਜਾਏ ਗੁਰੂ ਤੇਗ ਬਹਾਦਰ ਸਿਮਰੀਏ ਸਾਰੇ ਪੜ੍ਹੋ ਗੁਰੂ ਤੇਗ ਬਹਾਦਰ ਘਰ ਨੌ ਨਿਧ ਆਵੈ ਅਜ ਨੌ ਨਿਧੀਆਂ ਅਤੇ 18 ਸਿੱਧੀਆਂ ਹਾਂਜੀ ਨੌ ਨਿਧੀਆਂ ਅਤੇ 18 ਸਿੱਧੀਆਂ ਕੀ ਹੁੰਦੀਆਂ ਨੌ ਖਜ਼ਾਨੇ ਮੰਨੇ ਨੇ ਇੱਕ ਵਾਰੀ ਕਹਿ ਦੇ ਬਾਹਰ
ਨੌ ਨਦੀਆਂ ਨੌ ਨਦ ਆਵੈ ਧਾਏ। ਮਾਫ ਕਰਨਾ ਤੇਗ ਬਹਾਦਰ ਸਿਮਰੀਆ ਘਰ ਨੌ ਨਿਧ ਆਵੈ ਧਾਏ। ਮੁਕਦੀ ਨੌ ਨਿਧੀਆਂ 18 ਸਿੱਧੀਆਂ। ਮਾਫ ਕਰਨਾ ਕਹਿੰਦੇ ਨੇ ਸਤਿਗੁਰ ਪਾਤਸ਼ਾਹ ਦਾ ਨਾਂ ਲੈਣਾ ਹੁੰਦੀਆਂ। ਇੱਕ ਨੌ ਸ਼ਬਦ ਐਸਾ ਜਿਹੜਾ ਨੌ ਹੀ ਰਹਿੰਦਾ, ਨੌ ਇੱਕਮ ਨੌ, ਨੌ ਦੂਣੀ 18, ਨੌ ਦੂਣੀ ਨੌ। ਮਾਫ ਕਰਨਾ ਨੌ ਹੈ ਜਿਹੜਾ ਹਮੇਸ਼ਾ ਹੀ ਨੌ ਰਹਿੰਦਾ, ਨੌ ਜਿਹੜਾ ਨੌ ਹੈ ਹਮੇਸ਼ਾ ਹੀ ਨੌ ਰਹਿੰਦਾ। ਅਤੇ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ, ਜੇ ਆਪਾਂ ਵਿਚਾਰ ਕਰਕੇ ਵੇਖੀਏ, ਸਤਸੰਗ ਜੀ ਸਤਿਗੁਰ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦਾ ਕੋਈ ਅੰਤ ਨਹੀਂ। ਪਿਛਲੇ ਦਿਨੀ ਮੈਨੂੰ ਸਾਰੇ ਕਿਸਮ ਦੇ ਬੰਦਿਆਂ ਦਾ ਵਾਪ ਪੈਂਦਾ, ਸਾਡੀ ਲਾਈਨ ਹੀ ਐਸੀ ਹੈ। ਇੱਕ ਜੈਂਟਲਮੈਨ ਨੇ ਹਿੰਦੂ ਮਾਧਿਅਮ ਨੂੰ ਸਵਾਲ ਕੀਤਾ, ਕਹਿੰਦਾ ਬਾਬਾ ਜੀ ਅਗਰ ਗੁਰੂ ਤੇਗ ਬਹਾਦਰ ਨਾ ਹੁੰਦੇ ਨਾ, ਅੱਜ ਹਿੰਦੁਸਤਾਨ ਵਿੱਚ ਕੋਈ ਵੀ ਹਿੰਦੂ ਬਾਈ ਨਾ ਹੁੰਦਾ। ਉਹਨਾਂ ਦੀ ਕੁਰਬਾਨੀ ਰੰਗ ਲਿਆਈ। ਸੱਜਣੋ, ਨਾਮ ਜਪਿਆ ਕਰੋ, ਬਾਣੀ ਪੜਿਆ ਕਰੋ, ਅਤੇ ਸਤਸੰਗ ਜੀ ਇਸੇ ਕਰਕੇ ਦੁਨੀਆਂ 'ਤੇ ਅਸੀਂ ਆਏ ਹਾਂ, ਇੱਥੇ ਆਪਾਂ ਸਦਾ ਰਹਿਣਾ ਨਹੀਂ। ਨੌ ਦੂਣੀ 18, ਇੱਕ ਪਾਸੇ ਇੱਕ ਪਾਸੇ 8, ਇੱਕ ਜਮ੍ਹਾਂ 8 ਕਿੰਨਾ ਹੋ ਗਿਆ 9, 9 ਤੀਜੇ 27, ਇੱਕ ਪਾਸੇ 2, ਇੱਕ ਪਾਸੇ 7, 2 ਜਮ੍ਹਾਂ 7 ਕਿੰਨਾ ਕਰ ਹੋ ਗਿਆ ਜੀ 9, 4 ਨੀਵਾਂ 36, ਇੱਕ ਪਾਸੇ ਮਾਫ ਕਰਨਾ 3, ਇੱਕ ਪਾਸੇ 6, 3 ਅਤੇ 6 ਜਮ੍ਹਾਂ ਕਰੋ ਕਿੰਨਾ ਬਣ ਗਿਆ 9। ਇਹ 9 ਸ਼ਬਦ ਨੇ 9 ਹੀ ਰਹਿਣਾ ਜੀ, ਮਾਫ ਕਰਨ 9 ਨੇ 9 ਹੀ ਰਹਿਣਾ। 5 45, ਇੱਕ ਪਾਸੇ 4, ਇੱਕ ਪਾਸੇ 5, 4 ਜਮ੍ਹਾਂ 5, ਮਾਫ ਕਰਨਾ 5 ਨੂੰ ਅਸੀਂ ਪਲੱਸ ਵੀ ਕਹਿ ਦਿੰਦੇ ਹਾਂ ਅੰਗਰੇਜ਼ੀ 'ਚ 9। ਮਾਫ ਕਰ 6 ਨਿੰਮ 5 ਨਿੰਮ 45, 6 ਨਿੰਮ 54, 3 ਪਲੱਸ 6 ਕਿੰਨਾ ਹੋ ਗਿਆ ਜੀ 9, 7 ਨਿੰਮ 63, ਇੱਕ ਪਾਸੇ 6, ਇੱਕ ਪਾਸੇ 3, 6 ਜਮ੍ਹਾਂ 3 ਕਿੰਨਾ ਹੋ ਗਿਆ ਜੀ 9, 7 ਨਿੰਮ 63, ਇੱਕ ਪਾਸੇ 6 ਅਤੇ ਇੱਕ ਪਾਸੇ 3, 6 ਜਮ੍ਹਾਂ 3 ਕਿੰਨਾ ਹੋ ਗਿਆ 8 ਨਿੰਮ 72, ਇੱਕ ਪਾਸੇ 7, ਇੱਕ ਪਾਸੇ 2, 7 ਜਮ੍ਹਾਂ 2 ਕਿੰਨਾ ਹੋ ਗਿਆ ਜੀ ਹਾਂਜੀ ਬੋਲਦੇ ਦਿਓ ਨਾ ਮਾਫ ਕਰ 8 ਨਿੰਮ 81, ਇੱਕ ਪਾਸੇ 81, ਇੱਕ ਪਾਸੇ 8, ਇੱਕ ਪਾਸੇ 1, 8 ਪਲੱਸ 1 ਕਿੰਨਾ ਹੋ ਗਿਆ 9, 9 ਦਾ 90, 9 ਦਾ 90, ਨਣੀ 90, 9 ਜਮ੍ਹਾਂ 0, 0 ਦੀ ਵੈਲਿਊ ਕੋਈ ਨਹੀਂ, ਫਿਰ ਕੀ ਹੋ ਗਿਆ। ਅਤੇ ਇੱਕ ਵਾਰੀ ਫਿਰ ਪੜ੍ਹ ਲਾ ਬਈ, ਪਿਆਰ ਨਾ ਪੜ੍ਹੀ ਬਈ, ਮਾਰਾ ਕਿਤੇ ਸਾਡਾ ਵੀ ਵੇਲਾ ਪਾ ਲਾ। ਤੇਗ ਬਹਾਦਰ ਸਿਮਰੀਐ, ਤੇਗ ਬਹਾਦਰ ਸਿਮਰੀਐ ਘਰ ਤੇ ਮਹਾਰਾਜ ਦੀਆਂ ਬਖਸ਼ਿਸ਼ਾਂ ਦਾ ਕੋਈ ਅੰਤ ਨਹੀਂ। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਾਂ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਤੁਹਾਡੇ ਸਭ ਤੋਂ ਚੰਗੇ ਕਰਮ ਨੇ ਪਿਛਲੇ ਕੀਤੇ ਕਿ ਤੁਹਾਡਾ ਸਿੱਖਾਂ ਦੇ ਘਰੇ ਜਨਮ ਹੋ ਗਿਆ, ਅਤੇ ਜਿੱਥੇ ਸਿੱਖਾਂ ਦੇ ਘਰੇ ਜਨਮ ਹੋ ਗਿਆ ਨਾ, ਅਤੇ ਸਿੱਖਾਂ ਦੇ ਘਰੇ ਜਨਮ ਲੈ ਕੇ ਜੇ ਅਸੀਂ ਸਿੱਖੀ ਨੂੰ ਧਾਰਨੀ ਨਾ ਕਰ ਸਕੇ, ਕਿ ਰੋਟੀ ਖਾਂਦੇ ਖਾਂਦੇ ਜੀ ਉਹ ਕੋੜ ਘੁਆੜ ਜਾਂਦਾ, ਰੋਟੀ ਕੋੜ ਕੁ ਬੋਲਦੇ ਕਿ ਬੋਲਦੇ ਕੋਲੋਂ ਰੋਟੀ ਸਵਾਦ ਨਹੀਂ ਦਿੰਦੇ, ਪਰ ਵਿੱਚ ਨਾ ਕੋਈ ਮਾੜਾ ਕਰਮ ਅੜ ਗਿਆ। ਕਰਮ ਚੰਗਾ ਸੀ, ਸਿੱਖਾਂ ਦੇ ਘਰੇ ਜਨਮ ਹੋ ਗਿਆ, ਕੋਈ ਮਾੜਾ ਕਰਮ ਵਿੱਚ ਅੜ ਗਿਆ, ਉਹਦੇ ਕਰਕੇ ਨਾ ਸਾਡਾ ਜਨਮ ਤਾਂ ਸਿੱਖਾਂ ਦੇ ਘਰ ਹੋ ਗਿਆ, ਪਰ ਅਸੀਂ ਸਿੱਖੀ ਨੂੰ ਧਾਰਨ ਨਹੀਂ ਕਰ ਸਕੇ। ਖਾਲਸਾ ਜੀ, ਸਿੱਖੀ ਧਾਰਨ ਕਰੋ, ਗੁਰੂ ਵਾਲੇ ਬਣੋ, ਗੁਰੂ ਚਰਨਾਂ ਨਾਲ ਜੁੜੋ। ਇਸ ਸਿੱਖੀ ਵਾਸਤੇ ਅਕਲ ਗਈਆਂ ਵਾਲੇ ਆਨੰਦਪੁਰ ਛੱਡ ਦਿੱਤਾ, ਜੋੜਾ ਕਿਸੇ ਪਾਸੇ, ਘੋੜਾ ਕਿਸੇ ਪਾਸੇ, ਖੇਰੂ ਖੇਰੂ ਉਹ ਪਰਿਵਾਰ ਗਿਆ, ਥੋੜ੍ਹਾ ਕਿਸੇ ਪਾਸੇ, ਥੋੜ੍ਹਾ ਕਿਸੇ ਪਾਸੇ, ਅਤੇ ਚਾਰੇ ਲਾਲ ਧਰਮ ਤੋਂ ਵਾਰ ਦਿੱਤੇ, ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ, ਮਾਛੀ ਵਾੜੇ ਜੰਗਲਾਂ ਵਿੱਚ ਆਣ ਸੁੱਤਾ।
ਮਾਫ ਕਰਨਾ ਉਹ ਕਲਗੀ ਕਿਸੇ ਪਾਸੇ ਤੇ ਤੋੜਾ ਕਿਸੇ ਪਾਸੇ, ਇਹਨੇ ਇੱਕ ਸ਼ਬਦ ਪ੍ਰਵਾਨ ਕਰੋ। ਅੱਜ ਕੋਈ ਸਮਾਂ ਜ਼ਿਆਦਾ ਲੱਗ ਗਿਆ, ਲੱਗ ਗਿਆ ਹੋਣਾ, ਲੱਗ ਗਿਆ ਤੇ ਲੱਗ ਗਿਆ, ਅਸੀਂ ਵੀ ਕੀ ਕਰੀਏ। ਪਰ ਜਿਹਦਾ ਸਮਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਲੱਗ ਗਿਆ, ਉਹਦਾ ਦਰਗਾਹ ਦੇ ਵਿੱਚ ਡੰਕਾ ਵੱਜ ਗਿਆ। ਇੱਥੇ ਆ ਕੇ ਬਾਣੀ ਸੁਣਨੀ, ਕੀਰਤਨ ਸੁਣਨਾ, ਜਾਪ ਕਰਨਾ, ਇਹ ਤਾਂ ਬਹੁਤ ਵੱਡੇ ਪੁੰਨਾਂ ਦੀ ਨਿਸ਼ਾਨੀ ਹੈ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆ ਗਿਆ ਨਾ, ਉਹ ਬੰਦਾ ਨਰਕ ਨੂੰ ਨਹੀਂ ਜਾ ਸਕਦਾ। ਖਾਲਸਾ ਜੀ, ਇਹਨੇ ਕਿ ਸ਼ਬਦ ਪ੍ਰਵਾਨ, ਜੇ ਸ਼ੱਕ ਹੈ ਤਾਂ ਸੁਣ ਲਓ ਬਾਣੀ ਨੂੰ, ਜਿਵੇਂ ਨਾ ਬਾਣੀ ਬਾਣੀ ਜਿਵੇਂ ਪਾਣੀ ਬਰਫ਼। ਮਾਫ਼ ਕਰਨਾ ਗੁਰੂ ਕੀ ਸੰਗਤ, ਜਰਾ ਧਿਆਨ ਦੇਣਾ ਪਵੇਗਾ। ਮਾਫ਼ ਕਰਨਾ ਜਰਾ ਧਿਆਨ ਦੇਣਾ ਪਵੇਗਾ। ਬਾਣੀ ਮਹਾਰਾਜ ਕਹਿੰਦੇ ਕੀ ਕਹਿੰਦੇ, ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁੱਖ ਜਾਏ। ਜਨਮ ਮਰਨ ਦੁੱਖ, ਦਰਸ਼ਨ ਕਰਦੇ ਜਨਮ ਮਰਨ ਕੱਟਿਆ ਜਾਂਦਾ। ਹੁਣ ਅਰਦਾਸ ਹੋਵੇਗੀ, ਇਹ ਤਾਂ ਠੀਕ ਨਹੀਂ ਚੱਲ ਰਹੀ ਕੁਛ, ਪਰ ਅੰਦਰੋਂ ਅੰਦਰ ਵਾਲਾ ਜਿਹੜਾ ਬੈਠਾ ਨਾ ਇਹਦੇ 'ਚ, ਉਹ ਠੀਕ ਆ, ਉਹ ਨਹੀਂ ਢੈਂਦੀ ਗਲਾ ਜਾਂਦਾ ਕਦੇ ਵੀ। ਜਿਹੜੇ ਨਾਮ ਜਪਦੇ ਨੇ ਉਹਨਾਂ ਦਾ ਦੀ ਆਤਮਾ, ਉਹਨਾਂ ਦਾ ਦੀ ਰੂਹ ਕਦੀ ਢੈਂਦੀ ਕਲਾ 'ਚ ਨਹੀਂ ਜਾਂਦੀ, ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣ ਸਰਬਾਦਾ ਫਲਾ ਹੁਮ ਮਾ ਕਿਹਾ। ਸਮਾਂ ਨਾ ਜਾਣਦੇ ਹੋ, ਸਮੇਂ ਨੂੰ ਸਮਾਂ ਤਿਆਰ ਕਰਦਾ। ਜਿਹੜੇ ਸਕੂਲਾਂ 'ਚ ਪੜ੍ਹੇ ਹੋ ਨਾ, ਉਹ ਵੀ ਸਮਾਂ ਸੀ ਜਦੋਂ ਤੁਸੀਂ ਨਰਸਰੀ 'ਚ ਪੜ੍ਹਦੇ ਸੀ। ਨਰਸਰੀ ਨੇ ਕੇ ਜੀ ਨੂੰ ਤਿਆਰ ਕੀਤਾ, ਕੇ ਜੀ ਨੇ ਕੇ ਜੀ ਦੇ ਸਮੇਂ ਨੇ ਮਾਫ਼ ਕਰਨਾ ਜਿਹਨੂੰ ਐਲ ਕੇ ਜੀ ਕਹਿੰਦੇ, ਉਹਨੇ ਫਿਰ ਫਸਟ ਨੂੰ ਤਿਆਰ ਕੀਤਾ, ਫਸਟ ਦੇ ਸਮੇਂ ਨੇ ਸੈਕਿੰਡ ਤਿਆਰ ਨੂੰ ਤਿਆਰ ਕੀਤਾ, ਅਤੇ ਜਿਹੜੇ ਅਗਲੇ ਕਲਾਸਾਂ ਚੱਲਦੀਆਂ ਸਮੇਂ ਨੂੰ ਸਮਾਂ ਤਿਆਰ ਕਰਦਾ ਹੋਏ। ਆਹ ਵਕਤ ਤੁਹਾਡਾ, ਇਹਨੇ ਤੁਹਾਡਾ ਪਰਲੋਕ ਤਿਆਰ ਕਰਨਾ ਖਾਲਸਾ ਜੀ। ਇਸ ਕਰਕੇ ਵੱਧ ਤੋਂ ਵੱਧ ਆਇਆ ਕਰੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਪਹਿਲਾ, ਲੰਗਰ ਆਉਂਦੇ ਵੀ ਛਕਿਆ ਕਰੋ ਅਤੇ ਅਰਦਾਸ ਤੋਂ ਵੀ ਛਕਿਆ ਕਰੋ ਅਤੇ ਬਾਅਦ ਵੀ ਛਕਿਆ ਕਰੋ। ਜੇ ਲੋੜ ਪਵੇ ਤਾਂ ਨਾਲ ਵੀ ਪੈਕ ਕਰਕੇ ਲੈ ਜਾਇਆ ਕਰੋ। ਜਿਹੜੇ ਲਾਲੇ ਬਾਣੀਆਂ ਦਾ ਸੌਦਾ ਜ਼ਿਆਦਾ ਵਿਕੇ ਉਹਦੀ ਗਾਹਕੀ ਵੀ ਵੱਧਦੀ ਆ। ਅਤੇ ਮਾਫ਼ ਕਰਨਾ ਸਾਧ ਸੰਗਤ ਜੀ, ਇਹ ਬਾਬੇ ਨਾਨਕ ਦਾ ਘਰ ਆ ਘਰ, ਹਾਟ ਪੜੋ ਸੰਸਾਰ ਸੌਦਾ ਕਰਨ ਬਣ ਯਾਰੇ ਆ। ਖੈਰ ਇੱਥੇ ਲੈ ਜਾਓ ਵੀ, ਲੈ ਜਾਓ ਲੈ ਜਾਓ ਲੈ ਜਾਓ, ਬਾਬਾ ਨਾਨਕ ਕਹਿੰਦਾ ਲੈ ਜਾਓ ਲੈ ਜਾਓ ਲੈ ਜਾਓ, ਇੱਥੇ ਨਹੀਂ ਮੁੱਕ ਸਕਦਾ। ਖਾਵੇ ਖਰਚੇ ਰਲ ਮਿਲ ਪਾਈ ਥੋੜ ਨਾ ਆਵੇ। ਵੱਧ ਜੇ ਹੁਣ ਅਖੀਰ ਦਾਸ, ਫਿਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਪਲਾ ਤੂੰ ਠਾਕ ਸਹਾਈ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੀਰੇ ਬਹਾਦਰ, ਅੰਮ੍ਰਿਤ ਕੇ ਦਾਤੇ ਸਭ ਥਾਈ ਹੋਏ ਸਹਾਏ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਦਸੋ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜਾਗ ਦੀ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਿਦਾਰਿਆਂ ਕਾਲ ਧਿਆਨ ਧਰਕੇ ਖਾਲਸਾ ਜੀ ਸਹਿਬੋਲਣਾ ਸ਼੍ਰੀ ਗੁਰੂ ਜੀ ਕੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸ਼ਹੀਦਾਂ ਮਰੀਦਾਂ ਹੱਠੀਆਂ ਜੱਪੀਆਂ ਤਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਹਿਬ ਬੋਲਣਾ ਸ਼੍ਰੀ ਵਾਹਿਗੁਰੂ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਤਰਵਾਈਆਂ, ਆਰਿਆਂ ਨਾਲ ਤਨ ਚਰਵਾਏ, ਜਿਨ੍ਹਾਂ ਮਾਈਆਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਚ ਹਾਰ ਪਵਾਏ, ਸਵਾ ਸਵਾ ਮਨ ਦੇ ਪੀਸ ਨੇ ਪੀਸੇ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਰਵਾਇਆ, ਤਰਾਸਿਖਵਾਨਾ ਸਿੰਘਾਂ ਸਿੰਘਣੀਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਹਿਬ ਬੋਲਣਾ ਸ਼੍ਰੀ ਵਾਹਿਗੁਰੂ ਜੀ। ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਸਹਾ ਦਾਨ, ਭਰੋਸਾ ਦਾਨ, ਨਾਮ ਦਾਨ ਦਾਨਾ ਕੇ ਸਿਧਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਾਵਨ ਪਵਿੱਤਰ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਗੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰਾ ਹੋਵੇ, ਖਾਲਸਾ ਜੀ ਸਹਿਬ ਬੋਲਣਾ ਸ਼੍ਰੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਹਿਬ ਬੋਲਣਾ ਜੀ। ਗੇੜੀ ਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੀ,
ਧੰਨ ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਧੰਨ ਦਸੋ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜਲ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਤ ਵੀ ਕੀਤੀ ਜਾਂਦੀ ਹੈ। ਮੇਰੇ ਪਾਤਸ਼ਾਹ ਜੀ, ਆਪ ਜੀ ਨੇ ਸੰਗਤਾਂ ਤੇ ਬੜੀ ਮਹਾਨ ਕਿਰਪਾ ਕੀਤੀ। ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪਣੇ ਤਖ਼ਤ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕੀਤਾ ਹੈ। ਸ਼ਾਮਾਂ ਵੇਲੇ ਦੇ ਨਿਤਨੇਮ ਹੋਏ ਹਨ, ਨਿਤਨੇਮ ਤੋਂ ਉਪਰੰਤ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂਵਾਕ ਅਨੁਸਾਰ ਮਹਾਂਪੁਰਖਾਂ ਨੇ ਕੀਰਤਨ ਕੀਤਾ ਹੈ। ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਮਨ ਬਚ ਕਰਮ ਨਗਹਿਲੀ ਕਰਕੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਖਿਮਾ ਕਰਨੀਆਂ, ਅੱਗੇ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਤਾਕਤ ਬਲ ਬੁੱਧ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਮਾਈ ਭਾਈ ਦੇ ਦੁੱਖਾਂ ਕਲੇਸਾਂ ਦਲਿੱਦਰਾਂ ਦਾ ਨਾਸ ਕਰਕੇ ਦਰੋਂ ਘਰੋਂ ਗੁਰਸਿੱਖੀ ਨਾਮਦਾਨ ਪੂਰਨ ਭਰੋਸਾ ਬਖਸ਼ਿਸ਼ ਕਰਨਾ। ਕੀਰਤਨ ਦੇ ਦੌਰਾਨ ਜਿਸ ਜਿਸ ਮਾਈ ਭਾਈ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਆਪ ਜੀ ਦੇ ਦਰ ਦੀ ਸੇਵਾ ਕੀਤੀ ਹੈ, ਸਭ ਦੀ ਸੇਵਾ ਘਾਲ ਥਾਏ ਪਾਉਣੀ, ਬੀਜਿਆ ਹਰਿਆ ਕਰਨਾ, ਕਾਰੋਬਾਰ ਵਿੱਚ ਬਰਕਤਾਂ ਪਾਉਣੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਮੇਰੇ ਪਾਤਸ਼ਾਹ ਜੀ ਇਸ ਵਕਤ ਆਪ ਜੀ ਦੇ ਪਾਵਨ ਪਵਿੱਤਰ ਦਰ ਤੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਆ, ਭੋਗ ਲਾਓ। ਭੋਗ ਲੱਗਿਆ ਸੀ ਪ੍ਰਸ਼ਾਦ ਆਪ ਜੀ ਦੀ ਸਾਧ ਸੰਗਤ ਕੁਵਰ ਤੇ, ਜੋ ਵੀ ਆਪ ਜੀ ਦਾ ਪ੍ਰਸ਼ਾਦ ਛਕੇ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ, ਪਾਵਨ ਪਵਿੱਤਰ ਸ਼ੁਭ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਹੋਰ ਜੋ ਵੀ ਆਪ ਜੀ ਦੇ ਦਰ ਆਵੇ, ਸੁਰਾਜੀ ਜਾਵੇ, ਕਲਾ ਕੁਦਰਤ ਤੇਰੀ ਵਰਤੇ, ਧੰਨ ਸਤਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਜੋ ਬੋਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨਾ ਸਕੂੰ, ਤੂੰ ਠਾਕਰੇ ਉੱਚ ਭਗਵਾਨ, ਵਾਹਿਗੁਰੂ ਸਾਹਿਬ ਜੀਓ, ਸੁਰਠ ਮਹੱਲਾ ਪੰਜਵਾਂ, ਪਰਮੇਸ਼ਰ ਦਿੱਤਾ ਬਨਾ, ਦੁੱਖ ਰੋਗ ਕਾ ਡੇਰਾ ਪਨਾ, ਪਰਮੇਸ਼ਰ ਦਿੱਤਾ ਬਨਾ, ਦੁੱਖ ਰੋਗ ਕਾ ਡੇਰਾ ਪਨਾ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤ ਹੋ ਸੁਖ ਹੋਆ ਸਭ ਥਾਈਂ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰੱਬ ਰਹਿਆ ਸਭਨੀ ਜਾਈ ਰੰਗਾਉ, ਤੁਰਕੀ ਬਾਣੀ ਆਈ ਤਿੰਨ ਸਕਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰ ਬਨਾ, ਹਰ ਨਾਨਕ ਸਾਚ ਬਖਾਨਾ,
ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਦਇਆਲ ਪੁਰਖ ਮਿਹਰ ਬਨਾ ਹਰ ਨਾਨਕ ਸਾਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।